किसी का मंगना होगा इन्होंने दिनों च किसी का विआह होगा आ ते बड़े काम होने अपना की होगा अपन तो कला च काम ही होगा कटा होके प्रधानमंत्री बने हला फिर भाई फिर मां दे पुत्र रेलां ही बेचण लग गया बस कर गया सारा देश ही बेची जा लाती दा वे तो हूं सेल्समैन चंगा है बस कर गया सारा कुछ ही बेचता पढ़ लिख के भांडी बनना सी इन्होंने ये आ गए बड़े पढ़े लिखे करनी तो भंड करी है इन्होंने लफाफा सिर ते पा के नहीं जाना शेरा मैं सोचदा कि अकल च पानी ना पै जे इश्क च बंदा एदां ਸੁੱਧ ਬੁੱਧ ਭੁੱਲ ਕੇ ਆਪਦੇ ਮਹਿਬੂਬ ਨੂੰ ਯਾਦ ਕਰਦਾ ਤੇ ਕੋਈ ਗਲਤ ਨਹੀਂ ਗਾ ਭਾਈ ਜੀ ਇਹ ਕਰਦੇ ਨੇ ਵੀ ਦੇਖਣੇ ਜਿੰਨੀ ਜਾਣਕਾਰੀ ਤੁਹਾਨੂੰ ਇਸ਼ਕ ਦੀ ਪੂਰੀ ਲੱਭਣ ਦੀ ਲੋੜ ਹੈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥਿੰਦ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੈਂ ਤਾਂ ਬਿਲਕੁਲ ਚੜ੍ਹਦੀ ਕਲਾ ਦੇ ਬੱਚਾ ਪਰ ਅੱਜ ਤੁਸੀਂ ਤਾਂ ਅੱਤ ਕਰਾਈ ਪਈ ਹੈ ਜੀ ਅੱਜ ਤੁਹਾਡਾ ਸ਼ੌਲ ਬਹੁਤ ਸੋਹਣਾ ਸ਼ੁਕਰੀਆ ਇਹਦੇ ਉੱਤੇ ਊੜਾ ਆੜਾ ਈੜੀ ਸਸਾ ਹਾ ਜੀ ਪੂਰਾ ਤੱਕਾ ਖੱਖਾ ਗੱਦਾ ਕਗੰਗਾ ਬਿਲਕੁਲ ਸਾਰਾ ਕੁਝ ਪੂਰੀ ਪੈਂਤੀ ਇਹਦੇ ਉੱਤੇ ਤੇ ਮਗਰਲੇ ਪਾਸੇ ਇਹਦੇ ਪੂਰਾ ਪੰਜਾਬ ਵਾਇਆ ਹੋਇਆ ਪੰਜਾਬ ਦਾ ਨਕਸ਼ਾ ਤੇ ਪੰਜਾਬਣਾ ਦੇ ਉੱਤੇ ਸਾਨੂੰ ਮਾਣ ਆ ਸ਼ੁਕਰੀਆ ਤੇ ਮੈਨੂੰ ਬਹੁਤ ਚੰਗੀ ਗੱਲ ਲੱਗੀ ਮੈਂ ਪਹਿਲਾਂ ਵੀ ਇੱਕ ਦੋ ਬੀਬੀਆਂ ਦੇ ਇਹੋ ਜਿਹਾ ਸ਼ਾਲ ਲਿਆ ਹੋਇਆ ਦੇਖਿਆ ਜੀ ਇੱਕ ਦੇ ਮੈਂ ਚੁੰਨੀ ਦੇਖੀ ਸੀ ਕਿੰਮੀ ਵਰਮਾ ਜੀ ਦੇ ਚੁੰਨੀ ਲਈ ਹੋਈ ਸੀ ਉਹਨਾਂ ਨੇ ਚੁੰਨੀ ਲਈ ਹੋਈ ਸੀ ਬਹੁਤ ਸੋਹਣੀ ਸੀ ਉਹ ਵੀ ਚੁੰਨੀ ਜੀ ਪਰ ਅੱਜ ਤੁਸੀਂ ਸ਼ਾਲ ਲੈ ਕੇ ਅੱਤ ਕਰਾਤੀ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਟਾਣਾ ਸਾਹਿਬ ਅੱਜ ਮਾਂ ਬੋਲੀ ਨੂੰ ਗੱਲ ਨਾਲ ਆਇਆ ਹੋਇਆ ਹਾਂ ਅੱਜ ਮਾਂ ਗੱਲ ਲੱਗੀ ਹੋਈ ਹੈ ਬਹੁਤ ਖੂਬ ਕੀ ਬਾਤ ਤੇ ਸੱਚੀ ਨਿੱਗ ਵੀ ਕਮਾਲ ਦਾ ਆਉਂਦਾ ਪਿਆ ਇਸ ਤੇ 365 ਤੇ 365 ਦਿਨ ਤੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਮਾਂ ਬੋਲੀ ਦੇ ਨਾਲ ਜੁੜੇ ਰਹਿਣਾ ਜੀ ਤੇ ਮਾਂ ਬੋਲੀ ਹੀ ਸਾਨੂੰ ਕਿਤੇ ਲੈ ਕੇ ਜਾਂਦੀ ਅਸੀਂ ਐਵੇਂ ਕਹਿ ਦਿੰਦੇ ਆ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਅਸੀਂ ਕਾਹਦੇ ਜੋਗੇ ਆ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ ਅਸੀਂ ਮਾਂ ਬੋਲੀ ਦਾ ਦਿੱਤਾ ਖਾ ਰਹੇ ਆ 35 ਦਾ ਦਿੱਤਾ ਅਸੀਂ ਖਾ ਰਹੇ ਆ ਜੀ ਤੇ ਸਾਡੇ ਵਿੱਚ ਇੰਨੀ ਕਾਬਲੀਅਤ ਨਹੀਂ ਕਿਸੇ ਦੇ ਵਿੱਚ ਵੀ ਕਿ ਅਸੀਂ ਸੇਵਾ ਕਰ ਸਕੀਏ ਅਸੀਂ ਤਾਂ ਆਪਦੇ ਫਰਜ਼ ਨਿਭਾਉਣੇ ਚਾਹੀਦੇ ਜੀ ਬਿਲਕੁਲ ਫਰਜ਼ ਨਿਭਾਉਣੇ ਚਾਹੀਦੇ ਨੇ ਸੋ ਖੈਰ ਟਾਣਾ ਸਾਹਿਬ ਤੁਹਾਨੂੰ ਨਵੇਂ ਵਰੇ ਦੀਆਂ ਪਹਿਲਾਂ ਹੀ ਮੁਬਾਰਕਾਂ ਬਹੁਤ ਮਿਹਰਬਾਨੀ ਇਹ ਨਵਾਂ ਵਰਾ ਢੇਰ ਸਾਰੀਆਂ ਖੁਸ਼ੀਆਂ ਤੁਹਾਡੇ ਲਈ ਤੁਹਾਡੇ ਪਰਿਵਾਰ ਦੇ ਲਈ ਸਾਡੇ ਪਰਿਵਾਰਕ ਜੀਆਂ ਦੇ ਲਈ ਸਾਰਿਆਂ ਦੇ ਲਈ ਬਹੁਤ ਸਾਰੀਆਂ ਖੁਸ਼ੀਆਂ ਬਿਲਕੁਲ ਜੀ 2024 ਦਾ ਵਰਾ ਕੋਕੇ ਜੜ ਦੇਵੇ 2024 ਦਾ ਵਰਾ ਅੱਤ ਕਰਾ ਦੇਵੇ ਚੰਗੇ ਕਮਾਂ ਚ ਐਨ ਗੱਡਰ ਹੋਵੇ ਪੂਰਾ ਗੱਡਰ ਹੋਵੇ ਇਹ 2024 ਵਰਾ ਜੀ ਪੰਬ ਹੋਵੇ ਜੀ ਜਿਵੇਂ ਕਹਿੰਦੇ ਹੁੰਦੇ ਆ ਨਾ ਫਿਰ ਗੱਲ ਬਣਦੀ ਆ ਸਿਰਾ ਹੋਵੇ ਬਿਲਕੁਲ ਬਿਲਕੁਲ ਤੇ ਕਿਸੇ ਦੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਨਾ ਆਵੇ ਜੀ ਸਾਰੇ ਜ਼ਿੰਦਾਬਾਦ ਰਹਿਣ ਕਿਸੇ ਜੀ ਦਾ ਵਿਛੋੜਾ ਨਾ ਪਵੇ ਤੇ ਮੈਂ ਨਾ ਖੁਸ਼ੀਆਂ ਖੇੜੇ ਪਹਿਲਾਂ ਪਾਉਂਦੇ ਰਹਿਣ ਜੀ ਖੁਸ਼ੀਆਂ ਵੇੜੇ ਦੇ ਵਿੱਚ ਨੱਚਦੀਆਂ ਰਹਿਣ ਹਮੇਸ਼ਾ ਹੀ ਸੋ ਖੈਰ ਇਸ ਵੇਲੇ ਅਸੀਂ ਸਾਰੇ ਸਾਡੇ ਪਰਿਵਾਰਕ ਜੀ ਵੇਖ ਰਹੇ ਹੋਣਗੇ ਕਿ ਵਾਵਾ ਹਰਿਆਲੀ ਦੇ ਵਿੱਚ ਖੜੇ ਆ ਪਾਰਕ ਚ ਜੀ ਕਿਉਂਕਿ ਅਸੀਂ ਖਾਸ ਕਿਸ਼ਤ ਲੈ ਕੇ ਹਾਜ਼ਰ ਹੋਏ ਬਿਲਕੁਲ ਜੀ ਤੇ ਅੱਜ ਸਾਡੇ ਨਾਲ ਭੰਡ ਕਲਾ ਨੂੰ ਸਮਰਪਿਤ ਸਾਡੇ ਪੜ੍ਹੇ ਲਿਖੇ ਵੀਰ ਹਾਲਾਂਕਿ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਭਾਈ ਜਿਹੜੇ ਬਾਕੀ ਜੁੜੇ ਆ ਉਹ ਘੱਟ ਪੜ੍ਹੇ ਲਿਖੇ ਆ ਕੋਈ ਟਿੱਪਣੀ ਨਹੀਂ ਕਰਦੇ ਪਰ ਇਹਨਾਂ ਦਾ ਖੇਤਰ ਹੋਰ ਵੀ ਹੋ ਸਕਦਾ ਪਰ ਇਹ ਆਪਣੀ ਗੱਲ ਕਹਿਣ ਦੇ ਲਈ ਆਪਣੇ ਅੰਦਾਜ਼ ਨੂੰ ਬਰਕਰਾਰ ਰੱਖਣ ਦੇ ਲਈ ਭੰਡ ਕਲਾ ਨਾਲ ਜੁੜੇ ਆ ਬਿਲਕੁਲ ਪਹਿਲਾਂ ਵੀ ਚੱਜ ਦਾ ਵਿਚਾਰ ਦੇ ਵਿੱਚ ਆਏ ਆ ਅਵਤਾਰ ਬਾਈ ਤੇ ਇਕਬਾਲ ਬਾਈ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਹੁਣ ਕਿਹੜੀ ਪੜ੍ਹਾਈ ਕਰਦੇ ਹੋ ਕਹਿੰਦੇ 3 MA ਕਰ ਲਈਆਂ ਹੁਣ ਬੀਐਡ ਕਰਨ ਲੱਗਿਆ ਮੈਂ ਕਿਸੇ ਹੋਰ ਵਾਸਤੇ ਵੀ MA ਛੱਡ ਦਿਓ ਤੜੀ ਉਹ ਪੜ੍ਹ ਲੈ ਨੇ ETT ਸ਼ੁਰੂ ਕਰਤੀ ਆ ਜੀ ਇਹ ਕਹਿੰਦੇ ਵੀ ਪੋਸਟਾਂ ਨਿਕਲੀ ਜਾਂਦੀਆਂ ਤੇ ਗੱਲ ਬਣ ਜਾਣੀ ਹੈ ਬਿਲਕੁਲ ਸਹੀ ਅਸੀਂ ਚਾਹੁੰਦੇ ਆ ਜ਼ਰੂਰ ਇਹ ਗੱਲ ਬਣੇ ਪਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਸਾਡੇ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜ਼ਿੰਦਾਬਾਦ ਜੀ ਸਾਰੇ ਜਿਹੜੇ ਆਪਣੇ ਸਰੋਤੇ ਆਪਣੇ ਨਾਲ ਜੁੜੇ ਰਹਿੰਦੇ ਆ ਚੱਜ ਦਾ ਵਿਚਾਰ ਪ੍ਰੋਗਰਾਮ ਦੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਸਾਲ ਦੀਆਂ ਅਗਾਉ ਮੁਬਾਰਕਾਂ ਲੋਹੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਭਾਈ ਜੀ ਵਿਆਹ ਕਿੰਨੇ ਖਾਦੇ ਆ ਤੁਸੀਂ ਅਸੀਂ ਜਦੋਂ ਪਹਿਲੀ ਵਾਰ ਤੁਹਾਨੂੰ ਮਿਲੇ ਸੀ ਤੇ ਤੁਸੀਂ ਸਾਰੇ ਪੰਜਾਬੀਆਂ ਨਾਲ ਇੱਕ ਗੱਲ ਕੀਤੀ ਸੀ ਇਸੇ ਪ੍ਰੋਗਰਾਮ ਚੱਜ ਦਾ ਵਿਚਾਰ ਚ ਕਿ ਇਹ ਜਿਹੜੀ ਕਲਾ ਹੈ ਆਪਣੇ ਵਿਆਹਾਂ ਸ਼ਾਦੀਆਂ ਖੁਸ਼ੀਆਂ ਦੇ ਮੌਕਿਆਂ ਚ
ਭੰਡ ਸਾਡੇ ਘਰਾਂ ਚ ਆਉਂਦੇ ਵਧਾਈਆਂ ਲੈ ਕੇ ਜਾਂਦੇ ਆ ਤੇ ਤੁਹਾਡੀ ਗੱਲ ਨੂੰ ਪੰਜਾਬੀਆਂ ਨੇ ਮੰਨਿਆ ਹੈ ਤੇ ਸਾਨੂੰ ਬਹੁਤ ਸਾਰੇ ਵਿਆਹਾਂ ਤੇ ਪੰਜਾਬੀ ਸਾਥਦੇ ਆ ਦੇਖ ਸਕਦੇ ਆ ਸਬੂਤ ਹੈ ਉਹਦਾ ਹਾਂਜੀ ਮੈਂ ਕੀ ਜੀ ਬਾਹਰ ਆ ਗਈ ਆ ਮੈਂ ਤੇਰੇ ਵਿੱਚ ਹੈਗੇ ਨੇ ਮਨਚੂਰੀਆਂ ਦੇ ਵਿੱਚ ਇਹਨਾਂ ਵਿੱਚ ਪਕੌੜੇ ਆ ਗੁਲਾਬ ਜਾਮਣਾ ਬਰਫੀ ਸ਼ਾਹੀ ਪਨੀਰਾ ਮੈਂ ਜਦੋਂ ਫੋਟੋ ਕਰਾਉਣ ਲੱਗੀ ਤਾਂ ਉਦੋਂ ਤਾਂ ਬੜਾ ਉਹ ਰੱਖੀ ਦਾ ਧਿਆਨ ਵੀ ਸਾਹ ਢੱਡ ਖਿੱਚਿਆ ਜਾਵੇ ਹੁਣ ਕੈਮਰੇ ਵੀਡੀਓ ਵਾਲੇ ਲੱਗੇ ਤੇ ਲੰਬਾ ਟਾਈਮ ਲੱਗਣਾ ਬੜਾ ਟਾਈਮ ਸਾਹ ਖਿੱਚਿਆ ਨਹੀਂ ਜਾਣਾ ਇਹ ਤਾਂ ਜੇ 35 ਮਿੰਟ ਲਗਾਤਾਰ ਸਾਹ ਖਿੱਚਿਆ ਜਾਣਾ ਨਹੀਂਗਾ ਹੋਰ ਬੱਚੀ ਜ਼ਿੰਦਗੀ ਕਿਵੇਂ ਚੱਲਦੀ ਹੈ ਵਧੀਆ ਬਹੁਤ ਬਹੁਤ ਸੋਹਣੀ ਚੱਲਦੀ ਹੈ ਉਦੋਂ ਵੀ ਜਦੋਂ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਉਂਦੇ ਹੁੰਦੇ ਸੀ ਜਾਂ ਜਦੋਂ ਇੱਥੇ ਆਏ ਪੁੱਛਦੇ ਹੁੰਦੇ ਸੀ ਤੁਹਾਨੂੰ ਕਿ ਭੰਡ ਕਲਾ ਨਾਲ ਜੁੜ ਕੇ ਰੋਟੀ ਟੁੱਪ ਸੋਹਣਾ ਚੱਲਦਾ ਕਿ ਨਹੀਂ ਤੇ ਜਾਂ ਫਿਰ ਵਾਰ ਵਾਰ ਇਹ ਗੱਲ ਹਾਲੇ ਵੀ ਕਹਿਣੀ ਪੈਂਦੀ ਹੈ ਕਿ ਉਹਦੇ ਬਿਕਰ ਸਿੰਘ ਦੀ ਜੇਬ ਦੇ ਵਿੱਚ 100 ਦਾ ਨੋਟ ਚਮਕਦਾ ਦੇਣ ਆ ਰਿਹਾ ਇਹ ਕਿਉਂ ਕਹਿਣਾ ਪੈਂਦਾ ਕਿ ਸੱਜੇ ਦਾ ਨਹੀਂ 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 ਕਹਿਣਾ ਪੈਂਦਾ ਨਹੀਂ ਕਿਵੇਂ ਨਹੀਂ ਹੁਣ ਲੋਕ ਸਮਝਦੇ ਆ ਕਲਾ ਨੂੰ ਵੀ ਪਿਆਰ ਕਰਦੇ ਆ ਔਰ ਉਹ ਇਸ ਗੱਲ ਨੂੰ ਵੀ ਸਮਝਦੇ ਆ ਕਿ ਜੇ ਇਹਨਾਂ ਦੀ ਜ਼ਿੰਦਗੀ ਇਸ ਕਲਾ ਤੇ ਨਿਰਭਰ ਆ ਤੇ ਫਿਰ ਇਸ ਕਲਾ ਚੋਂ ਹੀ ਜੇ ਜਿਉਂਦੇ ਰਹਿਣ ਇਸ ਕਲਾ ਚੋਂ ਹੀ ਇਹ ਰੋਟੀ ਖਾਣ ਤੇ ਫਿਰ ਇਹ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਇਸ ਕਲਾ ਨੂੰ ਅੱਗੇ ਚੱਲਦਾ ਰੱਖਣਾ ਹੈ ਤੇ ਇਹਨਾਂ ਕਲਾਕਾਰਾਂ ਨੂੰ ਵੀ ਅੱਗੇ ਚੱਲਣਾ ਹੈ ਜਿਵੇਂ ਸਾਨੂੰ ਇਹ ਗੱਲ ਕਹੀ ਸੀ ਵੀ ਕਈ ਪਿੰਡ ਦੇ ਲੋਕ ਕਈ ਆਲੇ ਦੁਆਲੇ ਦੇ ਲੋਕ ਇਹ ਗੱਲ ਕਰ ਹਿੱਲਦਾ ਪੜ੍ਹ ਲਿਖ ਕੇ ਭੰਡ ਹੀ ਬਣਨਾ ਸੀ ਇਹਨਾਂ ਨੇ ਇਹ ਆ ਗਏ ਵੱਡੇ ਪੜ੍ਹੇ ਲਿਖੇ ਕਰਨੀ ਤਾਂ ਭੰਡ ਗਰੀ ਇਹਨਾਂ ਨੇ ਤੇ ਹੁਣ ਮਾੜਾ ਜਿਹਾ ਨਜ਼ਰੀਆ ਬਦਲਿਆ ਲੋਕਾਂ ਦਾ ਬਹੁਤ ਬਦਲਿਆ ਜੀ ਬਹੁਤ ਤੱਕ ਬਦਲ ਗਿਆ ਜੀ ਸਾਰੇ ਹੁਣ ਸਾਡਾ ਸਰਕਲ ਆ ਜਿਹੜਾ ਉਹ ਸਮਝਦੇ ਆ ਕਿ ਇਹ ਕਲਾ ਹੈ ਤੇ ਕਲਾ ਦੇ ਰੂਪ 'ਚ ਇਹਨੂੰ ਪੇਸ਼ ਕਰਦੇ ਆ ਇਹ ਬੰਦੇ ਫਿਰ ਬਾਕੀ ਹੁਣ ਇਹ ਵੀ ਅਸੀਂ ਇਸ ਹੱਦ ਤੱਕ ਤਾਂ ਸਫਲ ਰਹੇ ਹਾਂ ਕਿ ਲੋਕਾਂ ਨੂੰ ਇਹ ਦੱਸ ਸਕੇ ਕਿ ਕਲਾ ਦੀ ਵੀ ਪੜ੍ਹਾਈ ਹੁੰਦੀ ਆ ਕਲਾ ਵੀ ਇੱਕ ਕੰਮ ਹੁੰਦਾ ਹੈ ਜੀ ਤੇ ਉਹ ਪੜ੍ਹਾਈ ਵੀ ਅਸੀਂ ਕੀਤੀ ਆ ਤੇ ਕਲਾ ਦਾ ਅਸੀਂ ਕੰਮ ਵੀ ਕਰ ਰਹੇ ਹਾਂ ਮਤਲਬ ਲੋਕ ਹੁਣ ਕਲਾ ਦੀ ਕਦਰ ਕਰਨ ਲੱਗ ਗਏ ਜੀ ਬਿਲਕੁਲ ਵਾਹ ਪਿਛਲੇ ਕੁਝ ਸਮੇਂ ਦੇ ਵਿੱਚ ਇਕਬਾਲ ਭਾਈ ਜੀ ਤੁਸੀਂ ਵੱਖ ਵੱਖ ਥਾਵਾਂ ਤੇ ਗਏ ਹੋਵੋਗੇ ਜੀ ਕਿਤੇ ਵਿਆਹ ਤੇ ਵੀ ਗਏ ਕਿਸੇ ਸੈਮੀਨਾਰ ਤੇ ਵੀ ਜਾ ਕੇ ਆਏ ਹੋ ਕਿਸੇ ਮੰਗਣੇ ਚ ਵੀ ਗਏ ਹੋਵੋਗੇ ਕਿਸੇ ਧਰਨੇ ਤੇ ਵੀ ਗਏ ਹੋਵੋਗੇ ਜੀ ਕਿੰਨਾ ਕੁ ਸਰਮਾਇਆ ਲੋਕ ਅੱਜ ਕੱਲ੍ਹ ਦਿਲ ਖੋਲ ਕੇ ਦੇ ਦਿੰਦੇ ਆ ਤੇ ਲੋਕ ਕੀ ਕਹਿੰਦੇ ਆ ਲੋਕਾਂ ਦੀ ਸੋਚ ਆ ਜਿਹੜੀ ਉਹ ਕਿੰਨੀ ਕੁ ਬਦਲਾਅ ਵਾਲੀ ਲੱਗਦੀ ਆ ਲੋਕ ਬਹੁਤ ਪਿਆਰ ਦਿੰਦੇ ਆ ਜੀ ਜਿਵੇਂ ਪਹਿਲਾਂ ਅਸੀਂ ਜਾਂਦੇ ਹੁੰਦੇ ਸੀਗੇ ਤੇ ਉਹ ਪ੍ਰੋਗਰਾਮਾਂ 'ਚ ਤਾਂ ਹੁੰਦਾ ਸੀਗਾ ਕਿ ਪ੍ਰੋਗਰਾਮ ਹੋ ਜਾਂਦਾ ਸੀਗਾ ਕੋਈ ਉਵੇਂ ਕੋਈ ਵੇਲ ਦੇ ਜਾਂਦਾ ਸੀ ਪਰ ਹੁਣ ਜਿਹੜਾ ਸੁਭਾਅ ਬਣਿਆ ਏ ਉਹ ਬਹੁਤ ਵਧੀਆ ਹੈ ਕਿ ਲੋਕ ਸਾਡੀ ਆਓ ਭਗਤ ਵੀ ਬਹੁਤ ਚੰਗੇ ਤਰੀਕੇ ਨਾਲ ਕਰਦੇ ਲੋਕਾਂ ਨੂੰ ਪਤਾ ਕਿ ਇਹ ਕਲਾ ਨੂੰ ਸਾਂਭਣ ਵਾਲਾ ਕੰਮ ਕਰ ਰਹੇ ਆ ਫਰਮਾਉਣ ਵਾਲਾ ਕੰਮ ਕਰ ਰਹੇ ਤੇ ਇਸ ਕਰਕੇ ਲੋਕ ਬਹੁਤ ਸਾਰਾ ਪਿਆਰ ਦਿੰਦੇ ਹੁਣ ਸਾਡੇ ਤਜਰਬੇ ਬਹੁਤ ਸੋਹਣੇ ਸੋਹਣੇ ਤਜਰਬੇ ਰਹੇ ਇੱਕ ਤਜਰਬਾ ਇੱਕ ਤਜਰਬਾ ਸਾਡੇ ਕਾਫੀ ਥਾਵਾਂ ਤੇ ਅਸੀਂ ਜਾਂਦੇ ਰਹੀਦਾ ਤੇ ਅਸੀਂ ਇੱਕ ਵਾਰੀ ਗਏ ਇੱਥੇ ਪ੍ਰੋਗਰਾਮ ਕਰਕੇ ਹਟੇ ਉਦੋਂ ਅੰਦੋਲਨ ਹੀ ਚੱਲਦਾ ਸੀ ਸ਼ਾਇਦ ਤੇ ਅਸੀਂ ਪਿੱਛੇ ਪ੍ਰੋਗਰਾਮ ਕਰਕੇ ਉਤਰੇ ਤੇ ਇੱਕ ਬਜ਼ੁਰਗ ਆਇਆ ਮੇਰੇ ਕੋਲ ਉਹ ਮੈਂ ਪਿਛਲੇ ਚੈਨਲ ਤੇ ਵੀ ਇੱਕ ਵਾਰੀ ਦੱਸੀ ਸੀ ਗੱਲ ਸ਼ਾਇਦ ਕਿ ਉਹ ਆਇਆ ਬਾਪੂ ਕੋਲ ਪੰਜ ਰੁਪਈਏ ਸੀ ਸ਼ਾਇਦ ਉਹ ਪਿੱਛੇ ਆਇਆ ਮੇਰੇ ਕੋਲ ਮੈਨੂੰ ਕਹਿੰਦਾ ਪੁੱਤਰ ਬਹੁਤ ਸੋਹਣਾ ਤੁਹਾਡਾ ਕੰਮ ਆ ਆਹ ਮੇਰੇ ਵੱਲੋਂ ਤੁਹਾਡੀ ਉਹ ਆ ਮੈਂ ਕਿਹਾ ਬਾਪੂ ਜੀ ਇਨਾਮ ਆ ਪਰ ਉਹਨਾਂ ਨੇ ਇੰਨੀ ਸ਼ਿੱਦਤ ਦੇ ਇੰਨੇ ਮੋਹ ਨਾਲ ਦਿੱਤਾ ਕਿ ਉਹ ਮੈਨੂੰ ਹਜੇ ਤੱਕ ਵੀ ਚੇਤੇ ਤੇ ਕੋਈ ਐਸੀ ਗੱਲ ਜਿਹੜੀ ਮਨ ਨੂੰ ਬਹੁਤ ਦੁਖੀ ਕਰ ਗਈ ਹੋਵੇ ਵੀ ਯਾਰ ਅਸੀਂ ਤਾਂ ਇੰਨਾ ਚੰਗਾ ਕੰਮ ਕਰ ਰਹੇ ਹਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਸਮਝਾਉਣ ਦੀ ਕਿਸੇ ਨਾ ਕਿਸੇ ਤਰੀਕੇ ਇੱਕ ਕਟਾਕਸ਼ ਕਰਕੇ ਆਪਣੀ ਗੱਲ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਰ ਫਿਰ ਵੀ ਐ ਕਹਿ ਗਏ ਸਾਨੂੰ ਇਹੋ ਜਿਹਾ ਤਜਰਬਾ ਸਾਨੂੰ ਮੈਨੂੰ ਲੱਗਦਾ ਕਦੇ ਨਹੀਂ ਮਿਲਿਆ ਗਾ ਕਿ ਜਿਹਨੇ ਬਹੁਤ ਨਿਰਾਸ਼ ਕੀਤਾ ਹੋਵੇ ਬਹੁਤ ਨਿਰਾਸ਼ ਕਲਾ ਨਾਲ ਕਿਉਂ ਜੁੜੇ ਆ ਜਾਂ ਅਸੀਂ ਇਹ ਕਲਾ ਚ ਕਿਉਂ ਆਏ ਆ ਲੋਕਾਂ ਨੇ ਪਿਆਰ ਦਿੱਤਾ ਸਾਨੂੰ ਬਹੁਤ ਪਿਆਰ ਦਿੱਤਾ ਹੈ ਅਸੀਂ ਰਿਣੀ ਆ ਸਾਰੇ ਪੰਜਾਬੀਆਂ ਦੇ ਮੈਂ ਇੱਕ ਉਦਾਹਰਣ ਦਿੰਦਾ ਜੀ ਪਿਛਲੇ ਰਿਣੀ ਮੈਂ ਇੱਕ ਵੀਡੀਓ ਦੇਖੀ ਉਹ ਚ ਰਣਜੀਤ ਬਾਵਾ ਗਾ ਰਿਹਾ ਅੱਛਾ ਜੀ ਚਲੋ ਕਿਸੇ ਨੇ ਜਿੰਨੇ ਮਰਜ਼ੀ ਪੈਸਿਆਂ ਦੇ ਵਿੱਚ ਬੁੱਕ ਕੀਤਾ ਹੋਵੇ ਸੀ ਤਾਂ ਕੀਤਾ ਮੈਂ ਸੋਚਦਾ ਵੀ ਉਹਨਾਂ ਦੇ ਕੋਲੇ ਬਹੁਤ ਹੋਣਗੇ ਜਿਨ੍ਹਾਂ ਦੇ ਕਰਕੇ ਉਹਨਾਂ ਨੇ ਬੁੱਕ ਕੀਤਾ ਵਧੀਆ ਗੱਲ ਆ ਪਰ ਉੱਥੇ ਜਦੋਂ ਅਖਾੜੇ ਦੇ ਵਿੱਚ ਉਹ ਗਾ ਰਿਹਾ ਜਾਂ ਵਿਆਹ ਸੀ ਜਾਂ ਕੋਈ ਮੇਲਾ ਪਤਾ ਨਹੀਂ ਕੀ ਸੀਗਾ ਅੱਛਾ ਜੀ ਪਰ ਉਹਦੇ ਵਿੱਚ ਇੱਕ ਜਿਹੜਾ ਗਿਰੀ ਖੋਪਾ ਜਿਹੜਾ ਉਹ ਗਿਰੀ ਵਿੱਚ ਲੜੇ ਹੁੰਦੇ ਆ ਉਹ ਆਇਆ ਸਟੇਜ ਦੇ ਮੂਹਰੇ ਤੇ ਉਹ ਪੈਸੇ ਕੱਢ ਕੇ ਦੇ ਰਿਹਾ ਉਹਦੇ ਇੱਕ ਹੱਥ ਦੇ ਵਿੱਚ ਗਿਰੀ ਵਾਲਾ ਫੜਿਆ ਹੋਇਆ ਥਾਲ ਤੇ ਉਹ ਇਹ ਪੈਸੇ ਦੇ ਰਿਹਾ ਰਣਜੀਤ ਬਾਬਾ ਨੇ ਉਹਦੀ ਜੇਬ ਦੇ ਵਿੱਚ ਆਪਦੇ ਕੋਲੋਂ ਵੀ ਪੈਸੇ ਪਾਏ ਮੈਨੂੰ ਗੱਲ ਬੜੀ ਚੰਗੀ ਲੱਗੀ ਵੀ ਇਸ ਬੰਦੇ ਨੇ ਦਿਨ ਦੇ ਵਿੱਚ ਹੋ ਸਕਦਾ 200 ਰੁਪਈਆ ਕਮਾਉਣਾ ਹੋਵੇ ਉਹ ਭਾਵੇਂ 20 ਜਾਂ 50 ਰੁਪਏ ਦੇ ਰਿਹਾ ਇਹ ਆ ਅਸਲ ਦੇ ਵਿੱਚ ਦਇਆ ਸਰ ਬਿਲਕੁਲ ਜਿਹਦੇ ਕੋਲੇ ਕਰੋੜ ਰੁਪਈਆ ਉਹਨੇ 10 ਲੱਖ ਦਿੱਤਾ 15 ਲੱਖ ਦਿੱਤਾ ਉਹ ਗੱਲ ਵੱਖਰੀ ਆ ਔਰ ਮੈਨੂੰ ਇਹ ਲੱਗਦਾ ਹੁੰਦਾ ਜਣਾ ਸਾਹਿਬ ਜਿਹੜਾ ਇਦਾਂ ਦਾ ਕੋਈ ਪਿਆਰ ਦੇਖੇ ਜਾਂਦਾ ਉਹਨੂੰ ਸਦਾ ਸੰਭਾਲ ਕੇ ਰੱਖਣਾ ਚਾਹੀਦਾ ਉਹਨੂੰ ਫਰੇਮ ਕਰਾ ਕੇ ਰੱਖਣਾ ਚਾਹੀਦਾ ਕਿਉਂਕਿ ਅਸਲ ਦੇ ਵਿੱਚ ਉਹ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਬਿਲਕੁਲ ਮੈਂ ਤੁਹਾਡੇ ਨਾਲ ਇੱਕ ਗਰੀ ਖੋਪੇ ਵਾਲੀ ਇੱਕ ਘਟਨਾ ਸਾਂਝੀ ਕਰਦਾ ਖਾਨ ਸਾਹਿਬ ਖਾਨ
ਖਾਨ ਸਾਹਿਬ ਹੀ ਨਾ ਸਿੰਗਰ ਬਹੁਤ ਸੋਹਣਾ ਗਾਉਂਦੇ ਆ ਖਾਨ ਸਾਹਿਬ ਆਏ ਸੀ ਪਿੰਡ ਪਿੰਡ ਸੀਗਾ ਉਹ ਗੜ ਪਧਾਣਾ ਉੱਥੋਂ ਦੇ ਕਬੱਡੀ ਕਮੈਂਟਰੇਟਰ ਆ ਤੇਲੂ ਭੱਟੀ ਬਾਈ ਬਹੁਤ ਸੋਹਣੀ ਕਮੈਂਟਰੀ ਕਰਦੇ ਕਬੱਡੀ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਆਪ ਤਾਂ ਬਾਹਰ ਸੀ ਕਹਿੰਦੇ ਵੀ ਸਾਡੇ ਪਿੰਡ ਮੇਲਾ ਹੋਣਾ ਹੈ ਤੇ ਤੁਸੀਂ ਜ਼ਰੂਰ ਉੱਥੇ ਪਹੁੰਚਣਾ ਹੈ ਅਸੀਂ ਗਏ ਤੇ ਖਾਨ ਸਾਹਿਬ ਗਾ ਰਹੇ ਸੀ ਤੇ ਆਈ ਪੰਡਾਲ ਦੇ ਵਿੱਚ ਖੋਪੇਗਿਰੀ ਵਾਲਾ ਇੱਕ ਸੱਜਣ ਸੀਗਾ ਤੇ ਉਹ ਖਾਨ ਸਾਹਿਬ ਦੀ ਨਿਗਾਹ ਪੈ ਗਈ ਵੀ ਖੋਪੇਗਿਰੀ ਵਾਲਾ ਉਹਨੂੰ ਸਟੇਜ ਤੇ ਸੱਦ ਲਿਆ ਕਹਿੰਦਾ ਯਾਰ ਸਾਰੇ ਸਾਜੀਆਂ ਨੂੰ ਖੋਪਾਗਿਰੀ ਖਵਾ ਕੇ ਜਾ ਸਾਰਿਆਂ ਨੂੰ ਖੋਪਾਗਿਰੀ ਖਵਾਇਆ ਮਤਲਬ ਉਹਨੂੰ ਇਹ ਵੀ ਨੀ ਫੀਲ ਹੋਇਆ ਵੀ ਯਾਰ ਉਹਨੂੰ ਇਹ ਵੀ ਲੱਗਿਆ ਕਿ ਯਾਰ ਮੇਰੇ ਖੋਪੇਗਿਰੀ ਵਿਕ ਗਿਆ ਤੇ ਫਿਰ ਉਹਨਾਂ ਨੇ ਸਾਰਿਆਂ ਨੇ ਜਿੰਨੇ ਜਿੰਨੇ ਖਰੀਦੇ ਸੀ ਹਾਂਜੀ ਚੰਗੇ ਕਲਾਕਾਰਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਜਿੰਦਾਬਾਦ ਰਹਿਣ ਅੱਜ ਕੀ ਪੇਸ਼ਕਾਰੀ ਕਰੋਗੇ ਨਵਾਂ ਮੈਟਰ ਕਿਹੜਾ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਬਾਬੇ ਨਾਨਕ ਨੂੰ ਜ਼ਰੂਰ ਯਾਦ ਕਰਦੇ ਹਾਂ ਜੀ ਬਾਬੇ ਨਾਨਕ ਨੂੰ ਯਾਦ ਕਰਦੇ ਹਾਂ ਉਹ ਤੇਰੀ ਬਾਣੀ ਤੁਰ ਦਰਗਾਹੀ ਬਾਬਾ ਨਾਨਕਾ ਤੇਰੀ ਬਾਣੀ ਤੁਰ ਦਰਗਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨੇ ਲਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨੇ ਲਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨੇ ਲਾਹੀ ਬਾਬਾ ਨਾਨਕਾ ਪੰਡ ਗਾਉਂਦੇ ਨੇ ਵਡਿਆਈ ਬਾਬਾ ਨਾਨਕਾ ਪੰਡ ਗਾਉਂਦੇ ਨੇ ਵਡਿਆਈ ਬਾਬਾ ਠੰਡ ਬੜੀ ਹੁੰਦੀ ਆਪਾਂ ਨੂੰ ਪਾਲਾ ਵੀ ਲੱਗੂ ਸਹੀ ਗੱਲ ਚੜੇ ਬੰਦਿਆਂ ਦਾ ਹੋਰ ਕੀ ਹੋਣਾ ਮਾਰਤੀ ਦਾ ਹੋਵੇ ਤਾਂ ਕੀ ਆ ਲਾਣਤੀਆ ਪਕਾਈ ਨਾ ਮਾਰ ਮੈਂ ਸੁਣਿਆ ਸੀ ਤੈਨੂੰ ਵੇਖਣ ਵਾਲੇ ਆਏ ਆ ਹਲੇ ਮੈਨੂੰ ਦੇਖਣ ਵਾਲੇ ਆਏ ਆ ਤੇਰਾ ਢਿੱਡ ਦੁਖਦਾ ਹੀ ਓਏ ਟੈਡ ਨਹੀਂ ਦੁਖਦਾ ਲਾਣਤੀਆ ਦੱਸ ਗੱਲ ਕੀ ਬਣੀ ਟੈਣਾ ਸਾਹਿਬ ਨੂੰ ਲੈ ਟੈਣਾ ਸਾਹਿਬ ਮੈਨੂੰ ਆ ਗਏ ਦੇਖਣ ਵਾਲੇ ਅੱਛਾ ਦੇਖਣ ਵਾਲੇ ਆਉਂਦੇ ਰਹਿੰਦੇ ਮੈਨੂੰ ਹਫਤੇ 'ਚ ਦੋ ਤਿੰਨ ਵਾਰੀ ਆ ਹੀ ਜਾਂਦੇ ਦੇਖਣ ਵਾਲੇ ਤੇ ਕਹਿੰਦੇ ਕੀ ਆ ਰੋਲਾ ਇਸ ਗੱਲ ਦਾ ਕਹਿੰਦੇ ਕੁਛ ਨਹੀਂ ਲਾਣਤੀ ਨਾ ਹੋਵੇ ਤਾਂ ਦੇਖ ਕੇ ਹੀ ਮੁੜ ਜਾਂਦੇ ਬਸ ਕਰਿਆ ਗੱਲ ਕੋਈ ਤਣ ਪੱਤਣ ਨਹੀਂ ਲੱਗਦਾ ਲਾਣਤੀਆ ਤੂੰ ਬੋਲਦਾ ਵੱਧ ਹੈ ਵੱਧ ਬੋਲਿਆ ਜਾਂਦਾ ਅੱਛਾ ਮੈਨੂੰ ਦੋ ਵਾਰੀ ਦੇਖਦੇ ਆ ਹਲੋ ਕਿਵੇਂ ਬਈ ਉਹ ਇਸੇ ਗੱਲ ਕਰਕੇ ਦੋ ਵਾਰੀ ਦੇਖਦੇ ਉਹ ਕਿਵੇਂ ਪਹਿਲਾਂ ਤਾਂ ਟੈਣਾ ਸਾਹਿਬ ਘਰੇ ਚਾਹ ਪੀਂਦੇ ਆ ਮੈਨੂੰ ਦੇਖਦੇ ਆ ਹਲਾ ਫੇਰ ਬਈ ਫੇਰ ਗਲੀ 'ਚ ਖੜ ਕੇ ਕਹਿੰਦੇ ਬਾਹਰ ਨਿਕਲੇ ਹੀ ਤੈਨੂੰ ਦੇਖਦੇ ਆ ਲਾਣਤੀ ਨਾ ਹੋਵੇ ਤਾਂ ਦੋ ਵਾਰੀ ਦੇਖਦੇ ਆ ਬਸ ਕਰਿਆ ਕਰ ਮੂੰਹ ਦਿਖਾਈ ਇੱਕ ਵਾਰੀ ਨਹੀਂ ਦਿੰਦੇ ਲਾਣਤੀ ਨਾ ਹੋਵੇ ਤਾਂ ਹਾਲ ਹੋਏ ਪਏ ਓਏ ਲਾਣਤੀਆ ਤੂੰ ਵਿਚੋਲਾ ਚੰਗਾ ਪਾ ਲੈ ਮੈਂ ਚੰਗਾ ਵਿਚੋਲਾ ਲੱਭ ਲਿਆ ਅੱਛਾ ਉਹ ਬਈ ਰਿਸ਼ਤਾ ਲੈ ਆਇਆ ਅੱਛਾ ਹਾਂ ਕੁੜੀ ਵਾਲੇ ਕਰ ਗਏ ਪਸੰਦ ਆ ਪਸੰਦ ਤੈਨੂੰ ਕਰ ਜਣਾ ਦੀ ਸੋਹਣਾ ਸੁਨੱਖਾ ਤੂੰ ਹੈਗਾ ਸੋਹਣਾ ਤੇ ਮੈਂ ਹੈਗਾ ਹੀ ਆ ਕਹਿੰਦੇ ਵੀ ਮੁੰਡਾ ਸਾਨੂੰ ਪਸੰਦ ਹੈ ਅੱਛਾ ਕੰਮ ਦੱਸੋ ਕੀ ਕਰਦਾ ਹਾਂ ਤੇ ਘਰਦਿਆਂ ਨੇ ਦੱਸਣਾ ਸੀਗਾ ਘਰਦਿਆਂ ਨੇ ਦੱਸਤਾ ਦੱਸਿਆ ਕੀ ਕਹਿੰਦਾ ਜੀ ਮੁੰਡੇ ਨੇ ਐਮਏ ਕੀਤੀ ਆ ਥੀਏਟਰ ਦੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੀਯੂ ਤੋਂ ਅੱਛਾ ਤੇ ਨਾਟਕ ਕਰਦਾ ਅੱਛਾ ਨਾਟਕ ਨੂਟਕ ਕਰਦਾ ਤੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਥੇਰੇ ਕਰਦੀ ਲਾਣਤੀ ਨਾ ਹੋਵੇ ਤਾਂ ਹੁਣ 150 ਕਰ ਦੂਗੀ ਬਸ ਕਰਿਆ ਕਰ ਇੰਸਟਾਗ੍ਰਾਮ ਤੇ ਰਹਿੰਦੀ ਆ ਲਾਣਤੀ ਨਾ ਹੋਵੇ ਰੀਲਾਂ ਬਹੁਤ ਬਣਾਉਂਦੀ ਆ ਬਸ ਕਰਿਆ ਕਰ ਨਾਤੀ ਲਾਈਵ ਹੋਈ ਰਹਿੰਦੀ ਆ ਬਸ ਕਰਦਾ ਸਾਡੇ 12,000 ਦਾ ਫੋਲੋਅਰ ਆ ਫੇਰ ਤੂੰ ਹੀ ਕੀ ਕੀਤਾ ਕਰਨਾ ਕੀ ਸੀ ਆਉਂਦੇ ਹੋਏ ਕੁੜੀ ਨੂੰ ਫੋਲੋ ਕਰਕੇ ਆਏ ਬਸ ਕਰਿਆ ਕਰ ਹੁਣ ਉਹ ਤਾਂ ਮੈਂ ਰੀਲਾਂ ਦੇਖੀ ਦੀਆਂ ਬਸ ਕਰਿਆ ਕਰ ਵਧੀਆ ਜੀ ਲੱਗਾ ਰਹਿੰਦਾ ਫਿੱਟੇ ਨੂੰ 1:30 ਨੂੰ 2 GB ਡਾਟਾ ਮਕੋ ਲਈਦਾ ਲਾਣਤੀ ਨਾ ਹੋਵੇ ਕੰਮ ਲੱਗੇ ਰਹਿੰਦੇ ਆ ਓ ਲਾਣਤੀ ਇੰਨਾ ਕੁਝ ਸੁਣ ਕੇ ਆ ਗਏ ਆ ਤੈਥੋਂ ਕੋ ਸਰਿਆ ਨਹੀਂ ਸਰਿਆ ਕਿਉਂ ਨਹੀਂ ਗੱਲ ਮੈਂ ਵੀ ਸਰੇ ਲਾਇਆ ਹਲਾ ਲਾਈ ਕਿਵੇਂ ਮੈਂ ਕਹਾ ਸਾਨੂੰ ਹਸਾਉਣ ਵਾਲਿਆਂ ਨੂੰ ਹਲਕੇ ਚ ਨਾ ਲਿਓ ਹਲਾਓ ਕਾ ਤੋ ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਫਸ ਕਰਿਆ ਕਾ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀ ਲਾਣਤੀ ਨਾ ਹੋਵੇ ਤਾਂ ਲਾਈ ਜਾਓ ਧਰਨੇ ਫਸ ਕਰਦਾ ਫਿਰ ਚੰਗੇ ਰਹੋਗੇ ਲਾਣਤੀਆਂ ਮੁੱਖ ਮੰਤਰੀ ਤੋਂ ਚੇਤੇ ਆ ਗਿਆ ਮੈਨੂੰ ਚੇਤੇ ਆ ਗਿਆ ਉਹ ਬੇਲਾ ਤੁਰਿਆ ਫਿਰਦਾ ਹਾਂ ਓਏ ਉਹਦੇ ਕੋਲੇ ਜਾਇਆ ਨੌਕਰੀਆਂ ਵੰਡੀ ਜਾਂਦੇ ਆ ਕੀ ਪਤਾ ਤੈਨੂੰ ਨੌਕਰੀ ਤੇ ਲਾ ਦੇਵੇ ਮੈਂ ਗਿਆ ਸੀ ਮੁੱਖ ਮੰਤਰੀ ਕੋਲੇ ਅੱਛਾ ਤੂੰ ਜਾ ਮੈਂ ਕਿਹਾ ਜੀ ਮੈਂ ਪੜਿਆ ਲਿਖਿਆ ਮੈਨੂੰ ਕਿਸੇ ਕੰਮ ਧੰਦੇ ਲਾਓ ਹਲਾ ਲਾਤਾ ਫਿਰ ਕਹਿੰਦੇ ਤੈਨੂੰ ਕੰਮ ਆਉਂਦਾ ਕਿਹੜਾ ਹਾਂ ਤੇ ਕੰਮ ਤੂੰ ਦੱਸਣਾ ਸੀ ਮੈਂ ਕਿਹਾ ਜੀ ਸਾਡਾ ਆਪਦਾ ਕੰਮ ਹੈ ਪੱਕਾ ਕੰਮ ਜੱਦੀ ਪੁਸ਼ਤੀ ਹੈ ਕਿਹੜਾ ਬਾਪੂ ਹੁਣੀ ਕਰਦੇ ਸੀ ਉਹ ਹੈ ਕਿਹੜਾ ਪੰਡੀ ਪ੍ਰਚਾਰ ਬਸ ਕਰਾਂਗਾ ਇਹ ਅਸੀਂ ਫ੍ਰੀ ਜੀ ਕਰਦੇ ਹਾਂ ਦੀ ਨਾ ਹੋਵੇ ਇਹਦਾ ਪੈਸਾ ਕੋਈ ਨਹੀਂ ਲੈਂਦੇ ਬਸ ਕਰਾਂਗਾ ਜਿਹੜਾ ਮਰਜ਼ੀ ਕਰਵਾ ਲਵੇ ਬਿੱਟੇ ਨੂੰ ਫਿਰ ਕਹਿੰਦਾ ਜੇ ਪੰਡੀ ਪ੍ਰਚਾਰ ਆਉਂਦਾ ਹੈ ਤੈਨੂੰ ਆਹੋ ਤੇ ਦੋ ਤਿੰਨ ਜੁਗਤ
ਜੁਗਤਾਂ ਸੁਣਾ ਦੇ ਤੇ ਤੂੰ ਦੋ ਤਿੰਨ ਜੁਗਤਾਂ ਸੁਣਾਉਂਗਾ ਨਾ ਮੁੱਖ ਮੰਤਰੀ ਨੂੰ ਟੈਣਾ ਸਾਹਿਬ ਦੋ ਤਿੰਨ ਜੁਗਤਾਂ ਸੁਣਾਉਣੀਆਂ ਤੇ ਉਹਨਾਂ ਨੇ ਅੱਗੇ ਮੋੜ ਕੇ 6-7 ਉਹਨਾਂ ਨੇ ਮੈਨੂੰ ਚੁਟਕਲੇ ਸੁਣਾਏ ਆ ਅਸੀਂ ਦੋਵੇਂ ਇੱਕ ਦੂਜੇ ਨੂੰ ਹਸਾ ਕੇ ਆਏ ਆਂ ਉਹ ਵੀ ਕਮੇਡੀ ਕਰਦੇ ਮੈਂ ਵੀ ਕਮੇਡੀ ਕਰ ਆਇਆ ਗੱਲ ਹਾਸੋ ਹੀ ਨਹੀਂ ਹੋ ਗਈ ਪੰਦਰਾਂ ਵੀਹ ਮਿੰਟ ਹਾਸੜੀ ਪਾਈ ਰੱਖੀ ਰੌਣਕ ਲੱਗੀ ਰਹੀ ਆ ਬਿੱਟੇ ਨੂੰ ਛੱਡ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦੀ ਸੁਣ ਲੈ ਵੱਡੀ ਗੱਲ ਕਰ ਲੈ ਪ੍ਰਧਾਨ ਮੰਤਰੀ ਦੀ ਸੁਣ ਲੈ ਅੱਛਾ ਕਹਿੰਦੇ ਵੀ ਜਦੋਂ ਨਿੱਕਾ ਹੁੰਦਾ ਸੀ ਆਹੋ ਉਦੋਂ ਰੇਲਾਂ ਚ ਚਾਹ ਵੇਚਦਾ ਸੀ ਮੈਂ ਵੀ ਸੁਣਿਆ ਕਹਿੰਦੇ ਆਪ ਹੀ ਦੱਸਦੇ ਵੀ ਜਦੋਂ ਮੈਂ ਨਿੱਕਾ ਸੀ ਤੇ ਰੇਲਾਂ ਚ ਚਾਹ ਵੇਚਦਾ ਹੁੰਦਾ ਸੀ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣਿਆ ਹਲਾ ਫੇਰ ਬਈ ਫੇਰ ਮਾਂ ਦੇ ਪੁੱਤ ਰੇਲਾਂ ਹੀ ਵੇਚਣ ਲੱਗ ਗਿਆ ਬਸ ਕਰਿਆ ਗਿਆ ਸਾਰਾ ਦੇਸ਼ ਹੀ ਵੇਚੀ ਜਾਂ ਲੜਦੀ ਦਾ ਹੋਵੇ ਤਾਂ ਉਹ ਸੇਲਜ਼ਮੈਨ ਚੰਗਾ ਹੈ ਬਸ ਕਰਿਆ ਗਿਆ ਸਾਰਾ ਕੁਝ ਹੀ ਵੇਚਤਾ ਉਹ ਲੜਦਿਆ ਸੇਲਜ਼ਮੈਨ ਤੋਂ ਮੈਨੂੰ ਚੇਤੇ ਆਇਆ ਕੀ ਚੇਤੇ ਆਇਆ ਕਹਿੰਦਾ ਕੇਰਾ ਚੀਤੇ ਲਿਆ ਚੀਤੇ ਲਿਆ 8-100 crore ਦੇ ਲੜਦਿਆ ਐਡੇ ਮਹਿੰਗੇ ਚੀਤੇ ਤੇ ਕਰਦੇ ਕੀ ਮਿਉਂ ਮਿਉਂ ਕਰਦੇ ਬਸ ਕਰਿਆ ਗਿਆ ਕੱਲੀ ਕਾਈ ਖਾਂਦੇ ਲੜਦਿਆ ਸ਼ਾਕਾਹਾਰੀ ਭਾਲੇ ਬਸ ਕਰਿਆ ਗਿਆ ਹੋਰ ਉਹਨਾਂ ਨੇ ਦੁੱਧ ਦੇਣਾ ਹੀ ਦੁੱਧ ਤੋਂ ਯਾਦ ਆਇਆ ਦੁੱਧ ਤੋਂ ਕੀ ਯਾਦ ਆਇਆ ਚੀਤੇ ਕਾਹਨੂੰ ਲਿਆਉਣੇ ਸੀ ਬੱਕਰੀਆਂ ਲੈ ਆਉਂਦੇ ਹਲਾ ਤੇ ਉਹਦੇ ਨਾਲ ਕੀ ਹੋ ਜਾਂਦਾ ਬੱਕਰੀ ਦਾ ਦੁੱਧ ਨਾਲ ਸੈੱਲ ਪੂਰੇ ਹੁੰਦੇ ਆ ਬਸ ਕਰਿਆ ਗਿਆ ਚੋਣਾ ਤੇ ਚੰਨੀ ਖਾਵ ਹੈ ਗਏ ਲੜਦੀ ਨਾ ਹੋਵੇ ਬਾਬਾ ਟਾਈਮ ਬਾਅਦ ਯਾਦ ਆਏ ਆ ਬਸ ਕਰਿਆ ਗਿਆ ਲੰਮੀਆਂ ਉਮਰਾਂ ਵਾਲੇ ਸਹੀ ਗੱਲ ਹੋਰ ਕੀ ਆ ਲੜਦੀ ਦਾ ਬੋਲਾ ਦੇਸ਼ ਕਰ ਗਿਆ ਤਰੱਕੀ ਆ ਦੇਸ਼ ਤਰੱਕੀ ਕਰ ਗਿਆ ਕਹਿੰਦੇ ਤਰੱਕੀ ਕਰ ਗਿਆ ਚੰਦਰਯਾਨ 3 ਟੈਣਾ ਸਾਹਿਬ ਭੇਜਿਆ ਸੀ ਚੰਦ ਤੇ ਆਹੋ ਸਹੀ ਸਲਾਮਤ ਪਹੁੰਚਿਆ ਸਹੀ ਸਲਾਮਤ ਪਹੁੰਚਿਆ ਮੈਂ ਵੀ ਸੁਣਿਆ ਤੇ ਉਹਨਾਂ ਨੇ ਚੰਦਰਯਾਨ ਨੇ ਫੋਟੋ ਖਿੱਚ ਕੇ ਭੇਜਤੀਆਂ ਫੋਟੋ ਖਿੱਚ ਕੇ ਭੇਜੀ ਫੋਟੋਆਂ ਜਾ ਕੇ ਦੋ ਪੰਜਾਬੀ ਲੈ ਦੱਸ ਵਿਗਿਆਨੀਆਂ ਨੇ ਉਹਨਾਂ ਨੂੰ ਸਵਾਲ ਪੁੱਛ ਲਿਆ ਕੀ ਪੁੱਛਿਆ ਕਹਿੰਦੇ ਵੀ ਅਸੀਂ ਤਾਂ 650 crore ਰੁਪਇਆ ਲਾ ਕੇ ਚੰਦਰਯਾਨ ਭੇਜਿਆ ਆਹੋ ਗੁਰੂ ਉਹ ਤੁਸੀਂ ਪਹਿਲਾਂ ਹੀ ਪਹੁੰਚੇ ਫਿਰਦੇ ਆ ਉਹ ਕੀ ਆਂਦੇ ਉਹ ਕਹਿੰਦੇ ਜੀ ਫੈਲ ਤਾਂ ਸੀ ਅਮਰੀਕਾ ਦੀ ਲਈ ਸਾਨੂੰ ਤਾਂ ਜੰਟ ਲਾ ਕੇ ਗਿਆ ਹੈ ਬਸ ਕਰਿਆਗਾ ਸਾਨੂੰ ਨਹੀਂ ਪਤਾ ਅਮਰੀਕਾ ਹੈ ਕਿ ਚੰਦਰਮਾ ਆਂਟੀ ਨਾ ਸਾਨੂੰ ਉਹਨਾਂ ਨੂੰ ਜਾ ਕੇ ਪੁੱਛੋ ਬਸ ਕਰਿਆਗਾ ਸਾਨੂੰ ਪਤਾ ਹੀ ਨਹੀਂ ਲੱਗਿਆ ਜੇ ਆਂਟੀ ਨਾ ਉਹ ਦੇਸ਼ ਦਿਨੋਂ ਦਿਨ ਤਰੱਕੀ ਕਰ ਗਿਆ ਉਹ ਦੇਸ਼ ਦਿਨੋਂ ਦਿਨ ਤਰੱਕੀ ਕਰ ਗਿਆ ਲੈ ਸੁਣ ਲੈ ਫਿਰ ਆਹਾ ਆਬਾਦੀ 'ਚ ਪਹਿਲੇ ਨੰਬਰ ਤੇ ਆ ਗਿਆ ਆਬਾਦੀ 'ਚ ਪਹਿਲੇ ਨੰਬਰ ਤੇ ਆਇਆ ਕਹਿੰਦੇ ਚੀਨ ਨੂੰ ਵੀ ਕੱਟ ਗਿਆ ਆਹ ਆਬਾਦੀ 'ਚ ਪਹਿਲੇ ਨੰਬਰ ਤੇ ਆ ਗਿਆ ਆਬਾਦੀ ਤੁਹਾਡੇ ਪਿੰਡ ਦੀ ਵੀ ਬੜੀ ਸਾਡਾ ਪਿੰਡ ਤਰੱਕੀ ਕਰ ਗਿਆ ਅੱਛਾ ਉਹ ਕਿਵੇਂ ਸਾਡੇ ਪਿੰਡੋਂ ਟੈਣਾ ਸਾਹਿਬ ਲੰਘਦੀ ਰੋਡਵੇਜ਼ ਦੀ ਬੱਸ ਅੱਛਾ ਕਦੇ ਕਦੇ ਉੱਥੋਂ ਦੀ ਜਹਾਜ਼ ਵੀ ਨਿਕਲ ਜਾਂਦਾ ਜਹਾਜ਼ ਵੀ ਲੰਘਦਾ ਰੇਲ ਗੱਡੀ ਵੀ ਚੱਲਦੀ ਆ ਅੱਛਾ ਰੇਲ ਗੱਡੀ ਵੀ ਲੰਘਦੀ ਆ ਲੈ ਰੇਲ ਤੋਂ ਯਾਦ ਆਇਆ ਤਾਂ ਰੇਲ ਤੋਂ ਕੀ ਯਾਦ ਆਇਆ ਕੇਰਾਂ ਰੇਲ 'ਚ ਸਫ਼ਰ ਕਰ ਰਿਹਾ ਜੀ ਇਹਦਾ ਬਾਪੂ ਅੱਛਾ ਹਾਂ ਹਾਂ ਰੇਲ 'ਚ ਸਫ਼ਰ ਕੀਤਾ ਸਫ਼ਰ ਕਰ ਰਿਹਾ ਆਹਾ ਰੇਲ 'ਚ ਕੋਈ ਬੰਬ ਧਮਾਕਾ ਹੋ ਗਿਆ ਆ ਰੇਲ 'ਚ ਬੰਬ ਧਮਾਕਾ ਹੋਇਆ ਜੀ ਆ ਤੇ ਸਰਕਾਰ ਨੇ ਐਲਾਨ ਕਰਤਾ ਆਹਾ ਕਹਿੰਦੇ ਵੀ ਜਿਹੜਾ ਬੰਦੇ ਮਰ ਗਏ ਇਸ ਹਾਦਸੇ 'ਚ ਆਹੋ ਉਹਨਾਂ ਦੇ ਪਰਿਵਾਰਾਂ ਨੂੰ 50 lakh rupees ਦੇਵਾਂਗੇ ਤੇ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ 25 lakh ਦੇਵਾਂਗੇ ਹਲਾ ਫੇਰ ਬਾਈ ਇਹਦਾ ਬਾਪੂ ਬਣਾ ਸਵਾਰ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਜੀ ਬੰਬ ਦੇ ਖੜਕੇ ਨਾਲ ਜਿਹਨਾਂ ਦਾ ਮੂਤ ਨਿਕਲਿਆ ਉਹਨਾਂ ਲਈ ਸਕੀਮ ਕਿਹੜੀ ਆ ਮੇਰਾ ਤਾਂ ਕੱਲਾ ਪਿਸ਼ਾਬ ਹੀ ਨਿਕਲੇ ਹੱਸ ਕੇ ਇਹ ਜੇ ਲਾਂਤੀ ਐ ਜਮਾਈ ਬੇਅਕਲੇ ਆ ਹੱਸ ਕੇ ਇਹਦੇ ਬਾਪੂ ਦੀ ਦੱਸਣ ਲੱਗਾ ਆ ਮੇਰੇ ਬਾਪੂ ਦੀ ਸੁਣਾ ਵੋਟਾਂ ਦੇ ਰਹਿਣਾ ਸਰਪੰਚੀ ਦੀਆਂ ਵੋਟਾਂ ਆ ਆਹ ਹਾ ਹਾ ਪਿਛਲੀ ਵਾਰ ਵੋਟਾਂ 'ਚ ਖੜ ਗਿਆ ਉਹ ਮੈਂ ਵੀ ਨਾਲ ਖੜਿਆ ਆ ਇਹਦਾ ਬਾਪੂ ਕਹਿੰਦੇ ਵੀ ਸਰਪੰਚੀ 'ਚ ਖੜ ਗਿਆ ਆਹਾ ਬਰਾਬਰ ਹੀ ਇਹ ਖੜ ਗਿਆ ਬਰਾਬਰ ਹੀ ਮੈਂ ਖੜਿਆ ਮੈਂ ਕਿਹਾ ਬਾਪੂ ਖੜਿਆ ਮੈਂ ਕਾਹ ਤੋਂ ਪਿੱਛੇ ਰਹਿ ਜਾਂ ਬਾਪੂ ਹਾਰ ਗਿਆ ਤੇ ਜਿੱਤ ਗਿਆ ਉਹ ਮੈਂ ਜਿੱਤਣਾ ਸੀ ਬਾਪੂ ਹਰਾਤਾ ਜੀ ਮੈਡਮ ਜੀ ਲੋਕ ਇਹਦੇ ਪਿੰਡ ਦੇ ਲੋਕ ਇਹਦੇ ਬਾਪੂ ਕੋਲੇ ਆਏ ਅਫਸੋਸ ਕਰਨ ਅੱਛਾ ਕਹਿੰਦੇ ਵੀ ਭਾਈ ਵੋਟਾਂ ਤਾਂ ਅਸੀਂ ਤੈਨੂੰ ਹੀ ਪਾਈਆਂ ਚੱਲ ਕੋਈ ਨਾ ਤੂੰ ਹਾਰ ਗਿਆ ਮੁੰਡਾ ਜਿੱਤਿਆ ਹੀ ਤੇ ਬਾਪੂ ਕੀ ਆਂਦਾ ਬਾਪੂ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਗਏ ਆਪਣਾ ਉਹਦਾ ਵਧਿਆ ਹਲੋ ਕਿਵੇਂ ਵੀ ਕਹਿੰਦਾ ਜਿੱਤ ਜਾਂਦੇ ਸਰਪੰਚ ਹੋਣਾ ਸੀ ਹੁਣ ਸਰਪੰਚ ਦੇ ਪਿਓ ਵੱਜਦੇ ਆ ਹੱਸ ਕਰਿਆ ਗਿਆ ਹਾਰੇ ਹੋਏ ਸਰਪੰਚ ਲੜਦੀ ਨਾ ਹੋਵੇ ਬੇਅਕਲੇ ਕਿਸੇ ਥਾਂ ਤੇ ਹੱਸ ਕਰਿਆ ਗਿਆ ਜਮਾ ਹੀ ਅਕਲ ਹੈ ਨਹੀਂ ਲੜਦੀ ਨਾ ਹੋਵੇ ਇਹ ਜੇ ਕੰਮ ਕਰਦੇ ਆ ਹੱਸ ਕਰਿਆ ਗਿਆ ਬੜੇ ਬੇਅਕਲੇ ਆ ਲੜਦੀ ਇੱਕ ਦਿਨ ਲਫਾਫਾ ਸਿਰ ਤੇ ਪਾਇਆ ਤੇ ਨਹੀਂ ਜਾਣ ਡਿਆ ਅੱਛਾ ਮੈਂ ਕਿਹਾ ਚਾਚਾ ਕੀ ਗੱਲ ਲਫਾਫਾ ਸਿਰ ਤੇ ਪਾ ਕੇ ਨਹੀਂ ਜਾਣਾ ਕੀ ਆਦਾ ਤੈਨੂੰ ਕਹਿੰਦਾ ਸ਼ੇਰਾ ਮੈਂ ਸੋਚਦਾ ਕਿ ਤੇ ਅਕਲ 'ਚ ਪਾਣੀ ਨਾ ਪੈ ਮੈਂ ਕਿਹਾ ਗੁਰੂ ਆ ਤੇਰੇ ਕੋਲ ਅਕਲ ਹੈਗੀ ਕਿੱਥੇ ਜਿਹਦੇ 'ਚ ਪਾਣੀ ਪੈ ਜੂ ਗੁਜ਼ਾਰਦੀ ਨਾ ਹੋਵੇ ਤਾਂ ਜੇ ਹੈਗੀ ਆ ਤਾਂ ਪੈ ਲੈਣ ਦੇ ਬਸ ਕਰਿਆ ਗਾ ਕੀ ਪਤਾ ਹਰੀ ਹੋ ਜੇ ਭਕਾਈ ਦਾ ਮਾਲ ਐਡੇ ਬੇਅਕਲੇ ਮੈਂ ਇੱਕ ਗੱਲ ਦੱਸਣ ਲੱਗਾ ਜੀ ਤੁਹਾਨੂੰ ਅੱਛਾ ਇਹਦਾ ਬਾਪੂ ਬੱਸ 'ਚ ਸਫ਼ਰ ਕਰਨ ਡਿਆ ਬੱਸ 'ਚ ਸਫ਼ਰ ਕਰਨ ਡਿਆ ਉਦੋਂ ਬੱਸਾਂ ਚੱਲਦੀਆਂ ਨਵੀਆਂ ਤੇ ਬੱਸ ਲੰਘੀ ਜੰਗਲ ਵਿੱਚ ਦੀ ਉਹ ਜੰਗਲਾਂ ਵਿੱਚ ਦੀ ਜਾਂਦੇ ਉਹ ਸੜਕਾਂ ਹੈ ਨਹੀਂ ਸੀ ਡਾਕੂਆਂ ਨੇ ਬੱਸ ਘੇਰ ਲਈ ਸਾਰਿਆਂ ਸਵਾਰਨਾਂ ਲਾਈਨ 'ਚ ਖੜਾ ਲੈਣਾ ਅੱਛਾ ਲਾਈਨ 'ਚ ਖੜਾ ਕੇ ਨਾਮ ਪੁੱਛ ਪੁੱਛ ਅਗਲੇ ਗੋਲੀ ਮਾਰਦੇ ਸੀ ਫੇਰ ਬਈ ਕਹਿੰਦੇ ਦੱਸ ਵੀ ਤੇਰਾ ਨਾਂ ਕੀ ਆ ਕੀ ਨਾਂ ਤੇਰਾ ਕਹਿੰਦਾ ਜੀ ਮਹਿੰਦਰ ਸਿੰਘ ਠਾ ਚੱਕ ਗੋਲੀ ਮਾਰੀ ਠਾ ਗੋਲੀ ਮਾਰਤੀ ਦੂਜੇ ਨੂੰ ਪੁੱਛਿਆ ਤੇਰਾ ਨਾਂ ਉਹ ਕੀ ਨਾਂ ਤੇਰਾ ਕਹਿੰਦਾ ਜੀ ਰਜੀਵ ਕੁਮਾਰ ਠਾ ਚੱਕ ਗੋਲੀ ਮਾਰੀ ਠਾ ਗੋਲੀ ਮਾਰੀ ਤੀਜੇ ਨੰਬਰ ਤੇ ਇੱਕ ਬੀਬੀ ਖੜੀ ਸੀ ਅੱਛਾ ਕਹਿੰਦਾ ਦੱਸ ਬੀਬੀ ਤੇਰਾ ਨਾਂ ਕੀ ਹੈ ਆਹੋ ਕੀ ਕਹਿੰਦੀ ਉਹ ਕਹਿੰਦੀ ਬਿਮਲਾ ਦੇਵੀ ਠਾ ਗੋਲੀ ਮਾਰੀ ਨਾ ਨਾ ਉਹਨਾਂ ਨੇ ਬੀਬੀ ਨੂੰ ਛੱਡਤਾ ਹਲਾ ਛੱਡਿਆ ਕਿਉਂ ਉਹ ਟਹਿਣਾ ਸਾਹਿਬ ਜਿਹੜਾ
ਲਾਣਤੀ ਕਿਸੇ ਥਾਂ ਦਾ ਮੈਂ ਤਾਂ ਕਰਕੇ ਬਚੀ ਆਈ ਭੱਜ ਕੇ ਆਈ ਫੇਰ ਸੋਚਦਾ ਵੀ ਡਾਕੂਆਂ ਦੀ ਤਾਂ ਟੌਰ ਹੀ ਬੜੀ ਹੈ ਡਾਕੂਆਂ ਦੀ ਟੌਰ ਬੜੀ ਹੈ ਤੇ ਡਾਕੂ ਬਣ ਚੱਲਦੇ ਆ ਡਾਕੂ ਬਣ ਲੱਗਾ ਤੇ ਐਂਬੂਲੈਂਸ ਘੇਰ ਕੇ ਖੜ ਗਿਆ ਪਹਿਲਾਂ ਹੀ ਡਾਕਾ ਮਾਰਨ ਉੱਠ ਗਿਆ ਪਹਿਲਾਂ ਡਾਕਾ ਮਾਰਿਆ ਹੀ ਕਹਿੰਦਾ ਕੱਢ ਦਿਓ ਜਿਹੜਾ ਕੋਈ ਹੈਗਾ ਹੀ ਉਹਨਾਂ ਨੇ ਕੱਢਿਆ ਉਹਨਾਂ ਨੇ ਲਾਸ਼ ਕੱਢ ਕੇ ਮੋਢੇ ਤੇ ਧਰਤੀ ਬਸ ਕਰਿਆ ਕਹਿੰਦੇ ਆ ਲੈ ਜਾ ਕਰੇ ਧਰਤੀ ਦਾ ਪੱਲੋਂ ਪੈਸੇ ਲਾ ਕੇ ਫੂਕ ਕੇ ਆਇਆ ਉਹ ਲਾਣਤੀ ਆ ਸ਼ੇਰ ਸੁਣ ਲੈ ਉਹ ਸ਼ੇਰ ਸੁਣਾ ਦੇ ਲੈ ਸੁਣ ਲੈ ਸੁਣਾ ਦੇ ਕਹਿੰਦੇ ਵੀ ਮਾਂ ਦੇ ਵਰਗਾ ਪੀਰ ਨਾ ਕੋਈ ਤੇ ਯਾਰਾਂ ਵਰਗਾ ਵੀਰ ਨਾ ਕੋਈ ਹਾ 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 ਵੀ ਮਾਂ ਦੇ ਵਰਗਾ ਪੀਰ ਨਾ ਕੋਈ ਤੇ ਯਾਰਾਂ ਵਰਗਾ ਵੀਰ ਨਾ ਕੋਈ ਸੌ ਗੱਲਾਂ ਦੀ ਇੱਕੋ ਗੱਲ ਹੈ ਗੰਜਾ ਕਰਦਾ ਚੀਰ ਨਾ ਕੋਈ ਗੁੱਟੇ ਮੂੰਹ ਕੱਢੂਗਾ ਕਿਥੋਂ ਕੱਲੀ ਟੋਟਾ ਨਹੀਂ ਹੈ ਸਿਰ ਤੇ ਵਾਲ ਹੀ ਹੈ ਨਹੀਂ ਉਹਨੇ ਚੀਰ ਕਿਥੋਂ ਕੱਢਣਾ ਹੀ ਬਸ ਕਰ ਜਾ ਕੋਈ ਚੱਜ ਦਾ ਸ਼ੇਰ ਸੁਣਾ ਉਹ ਚੱਜ ਦਾ ਸ਼ੇਰ ਸੁਣ ਲਾ ਸੁਣਾ ਦੇ ਉਹ ਵੇਲ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਬੀਆਂ ਵਾਹ ਜੀ ਵਾਹ ਕੋਈ ਡੂੰਗੀ ਗੱਲ ਹੈ ਉਹ ਵੇਲ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਬੀਆਂ ਉਹ ਵੇਲੇ ਵਟਪਾਗੇ ਹੁੰਦੇ ਜਿਸ ਕਰ ਜਾਂਦੀਆਂ ਧੀਆਂ ਜਿਸ ਕਰ ਜਾਂਦੀਆਂ ਧੀਆਂ ਮਹਾਰਾਜ ਰਾਜ ਜੀ ਰੱਖੇ ਬਹੁਤ ਤੇ ਜਿਹੜੇ ਵੀ ਇਸ ਖੇਤਰ ਨਾਲ ਇਸ ਕਲਾ ਨਾਲ ਜੁੜੇ ਹੋਏ ਆ ਅਸੀਂ ਸਾਰੇ ਹੀ ਉਹਨਾਂ ਵੀਰਾਂ ਨੂੰ ਸਲਾਮ ਕਰਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ ਵੀ ਇੰਨਾ ਪੜ ਲਿਖ ਕੇ ਵੀ ਇਹ ਕੰਮ ਕਰਨਾ ਸੌਖਾ ਨਹੀਂ ਹੈ ਕਿਉਂਕਿ ਹਰ ਇੱਕ ਬੰਦਾ ਇਹ ਚਾਹੁੰਦਾ ਅੱਜ ਦੇ ਸਮੇਂ ਦੇ ਵਿੱਚ ਤਾਂ ਖਾਸ ਤੌਰ ਤੇ ਵੀ ਇੰਨੀਆਂ ਡਿਗਰੀਆਂ ਜਦੋਂ ਕੋਲ ਹੋਣ ਤੇ ਬੰਦਾ ਚਾਹੁੰਦਾ ਮੈਂ ਕੋਈ ਹੋਰ ਕੰਮ ਕਰਾਂ ਹਨਾ ਵੀ ਮੈਂ ਆਪਣੇ ਲਈ ਕੋਈ ਚਾਰ ਛਿਲੜਾਂ ਦਾ ਹੋਰ ਪ੍ਰਬੰਧ ਕਰਾਂ ਪਰ ਇਹ ਲੋਕ ਫਿਰ ਵੀ ਇਸ ਕਲਾ ਨੂੰ ਪਿਆਰ ਕਰਦੇ ਨੇ ਇਹਨੂੰ ਸਮਰਪਿਤ ਨੇ ਇਹ ਸੱਚੀ ਬਹੁਤ ਵੱਡੀ ਗੱਲ ਹੈ ਬਿਲਕੁਲ ਬਾਈ ਜੀ ਇਹਦਾ ਨਾ ਆਪਦੀ ਵੇਸ਼ਭੂਸ਼ਾ ਬਦਲ ਕੇ ਤੇ ਭੰਡ ਅਖਵਾ ਕੇ ਤੇ ਲੋਕਾਂ ਨੂੰ ਹਸਾਉਣਾ ਤੇ ਜੇਬਾਂ ਦੇ ਵਿੱਚੋਂ ਪੈਸੇ ਕਢਵਾਉਣੇ ਕੋਈ ਸੌਖਾ ਕੰਮ ਨਹੀਂ ਹੁੰਦਾ ਬਦੇ ਦੀ ਧੌਣ ਦੇ ਵਿੱਚ ਕਈ ਤਰ੍ਹਾਂ ਦੇ ਕੀਲੇ ਫਸੇ ਹੁੰਦੇ ਆ ਬਿਲਕੁਲ ਮੈਂ ਥੋੜੀ ਲਾ 3 MA ਕੀਤੀਆਂ ਮੈਂ ਤੇ ਬੀਐਡ ਕਰੀ ਜਾਂਦਾ ਬੀਐਡ ਕਰੀ ਜਾਂਦਾ ਡੀਡੀ ਕੀਤੀ ਮੈਂ ਕਾਲਾ ਕੁੜਤਾ ਪਾਉਣ ਵਾਲੇ ਮੈਂ ਹਾਂ ਐਵੇਂ ਨਹੀਂ ਪਾਇਆ ਸਹੀ ਗੱਲ ਜੀ ਬਿਲਕੁਲ ਬਿਲਕੁਲ ਅਸਲ 'ਚ ਜਦੋਂ ਤੁਸੀਂ ਕਲਾ ਨੂੰ ਸਮਝਦੇ ਹੋ ਜੀ ਜਦੋਂ ਤੁਸੀਂ ਇਹ ਸਮਝਦੇ ਹੋ ਕਿ ਸਾਡੇ ਵਿਰਸੇ ਦਾ ਹਿੱਸਾ ਹੈ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਜਦੋਂ ਅਸੀਂ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਾਂ ਆਪਣੇ ਕਲਚਰ ਨੂੰ ਪਿਆਰ ਕਰਦੇ ਹਾਂ ਫਿਰ ਤੁਹਾਨੂੰ ਕੋਈ ਇਹੋ ਜਿਹੀਆਂ ਚੀਜ਼ਾਂ ਰੋਕ ਨਹੀਂ ਸਕਦੀਆਂ ਜੀ ਪਰ ਘਰਦਿਆਂ ਨੂੰ ਇਹ ਗੱਲ ਸਮਝਾਉਣੀ ਕਿੰਨੀ ਔਖੀ ਸੀ ਹੁਣ ਘਰਦੇ ਸਮਝ ਗਏ ਜੀ ਨਹੀਂ ਸ਼ੁਰੂਆਤ ਦੇ ਵਿੱਚ ਬਹੁਤ ਔਖੀ ਸੀ ਹੁਣ ਜਦੋਂ 4 ਰੁਪਏ ਆਉਂਦੇ ਘਰਦੇ ਨਹੀਂ ਕਰੇ ਲਾ ਲਓ ਪ੍ਰੋਗਰਾਮ ਕੋਈ ਹੋਰ ਨਹੀਂ ਭੁੱਲਣਾ ਜਾਓ ਇੱਥੇ ਖੜ ਕੇ ਕਰ ਲਓ ਪਰ ਇੱਕ ਗੱਲ ਹੈ ਜੀ ਅਸਲ 'ਚ ਇਹ ਹੈ ਵੀ ਹਾਲੇ ਸਮਾਜ ਦੇ ਵਿੱਚ ਸਾਡੇ ਕੰਮ ਨੂੰ ਕੰਮ ਪਤਾ ਨਹੀਂ ਕਿਉਂ ਸਮਝਿਆ ਨਹੀਂ ਜਾਂਦਾ ਗਾ ਅਸੀਂ ਚਲੋ ਥੋੜਾ ਬਹੁਤਾ ਫਿਲਮਾਂ 'ਚ ਵੀ ਸਾਡੀ ਸ਼ੁਰੂਆਤ ਹੋਈ ਹੈ ਹਾਂਜੀ ਉਹ ਵੀ ਆਪਾਂ ਜ਼ਰੂਰ ਕਰਦੇ ਮੈਂ ਇੱਕ ਗੱਲ ਮੈਂ ਭੁੱਲ ਨਾ ਜਾਵਾਂ ਬੜੀ ਜ਼ਰੂਰੀ ਆ ਸਾਡੇ ਕੰਮ ਨੂੰ ਕੋਈ ਕੰਮ ਨਹੀਂ ਸਮਝਦਾ ਨਾ ਇਸ ਕੰਮ ਨੂੰ ਕੋਈ ਕੰਮ ਸਮਝਦਾ ਨਾ ਸਾਡੇ ਫਿਲਮਾਂ 'ਚ ਕੰਮ ਕਰਨ ਨੂੰ ਕੰਮ ਦੀ ਸ਼ੈਲੀ 'ਚ ਪਤਾ ਨਹੀਂ ਉਹ ਉਸ ਕੈਟਾਗਰੀ 'ਚ ਰੱਖਦੇ ਨਹੀਂ ਪਿੱਛੇ ਜੇ ਮੇਰੀ ਸਿਸਟਰ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦੀ ਅਵਤਾਰ ਇੱਕ ਕੁੜੀ ਦੀ 10 ਰੁਪਈਆ ਚੰਗੀ ਪੜ੍ਹੀ ਲਿਖੀ ਆ ਤੇ ਬਾਹਰੋਂ ਆ ਤੇ ਤੇਰੇ ਰਿਸ਼ਤੇ ਦੀ ਗੱਲ ਬਾਰੇ ਤੋਰਨ ਲੱਗੇ ਆ ਤੋਰ ਲਈਏ ਮੈਂ ਕਿਹਾ ਵੀ ਤੋਰ ਲਓ ਚੰਗੀ ਗੱਲ ਆ ਚੰਗੇ ਪਰਿਵਾਰ 'ਚ ਕੁੜੀ ਆ ਪੜ੍ਹੀ ਲਿਖੀ ਆ ਤੇ ਬਾਹਰ ਵੀ ਆ ਤੇ ਇਹਦੇ 'ਚ ਕੀ ਆ ਸਾਰਾ ਪੰਜਾਬ ਬਾਹਰ ਤੁਰਿਆ ਜਾਂਦਾ ਅੱਛਾ ਤੇ ਆਪਾਂ ਵੀ ਚਲੇ ਚੱਲਾਂਗੇ ਇਸ ਬਹਾਨੇ ਨਾਲ ਲੱਡੂ ਫੁੱਟਿਆ ਮੇਰੇ ਲੱਡੂ ਫੁੱਟਿਆ ਪੂਰਾ ਫੁੱਟਾ ਬਲਾਸਟ ਹੋਇਆ ਇੱਕ ਬਾਹਰ ਹਾਂਜੀ ਤੇ ਮੈਂ ਕਿਹਾ ਵੀ ਠੀਕ ਆ ਮੈਂ ਕਿਹਾ ਵੀ ਕੀ ਦੱਸਦਾ ਅਸੀਂ ਇੱਥੇ ਤੇਰੇ ਬਾਰੇ ਦੱਸਦਾ ਸਾਰਾ ਕੁਛ ਮੈਂ ਕਿਹਾ ਵੀ ਕੀ ਦੱਸਦਾ ਅਸੀਂ ਦੱਸਦਾ ਮੁੰਡਾ ਪੜ੍ਹਿਆ ਲਿਖਿਆ ਬਹੁਤ ਆ ਕਰਦਾ ਖੋਨੀ ਆ ਮੈਂ ਕਿਹਾ ਪਿੜੇ ਮੂੰਹ ਤੁਹਾਡਾ ਮੈਂ ਕਿਹਾ ਜਦੋਂ ਤੁਸੀਂ ਸਾਡੇ ਕੰਮ ਨੂੰ ਕੰਮ ਨਹੀਂ ਸਮਝਦੇ ਗੇ ਫਿਰ ਹੋਰ ਕਿਸੇ ਨੇ ਕੀ ਸਮਝਣਾ ਵਾ ਮੈਂ ਕਿਹਾ ਤੈਨੂੰ ਪਤਾ ਨੀ ਅਸੀਂ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ ਵਾ ਤੇ ਨਹੀਂ ਉਹ ਤਾਂ ਪਤਾ ਵਾ ਪਰ ਬੰਦਾ ਕੋਈ ਨੌਕਰੀ ਤਾਂ ਕਰਦਾ ਹੋਵੇ ਉਹ ਤਾਂ ਅਸੀਂ ਤਾਂ ਹੀ ਦੱਸਗੇ ਨਾ ਮੈਂ ਕਿਹਾ ਬਸ ਫਿਰ ਜਦੋਂ ਤੁਸੀਂ ਸਾਡੇ ਕੰਮ ਨੂੰ ਕੰਮ ਨਹੀਂ ਸਮਝਦੇ ਭੰਡ ਕਲਾ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਅੰਗਰੇਜ਼ੀ 'ਚ ਬਾਈ ਇਹ ਨਕਲ ਕਹਿੰਦੇ ਆ ਜੀ ਇੰਗਲਿਸ਼ ਅੰਗਰੇਜ਼ੀ ਦੇ ਵਿੱਚ ਨਾ ਤੁਸੀਂ ਅੰਗਰੇਜ਼ੀ 'ਚ ਕਹਿਣਾ ਸ਼ੁਰੂ ਕਰ ਦਿਓ ਲੋਕ ਅੱਜ ਕੱਲ੍ਹ ਕਈ ਗੱਲਾਂ ਜਿਹੜੀਆਂ ਉਹ ਵੱਡੀ ਗੱਲਾਂ ਲੱਗ ਜਾਂਦੀਆਂ ਹਾਲਾਂਕਿ ਚਲੋ ਮਾਂ ਬੋਲੀ ਪੰਜਾਬੀ ਦਾ ਤਾਂ ਗੱਲ ਹੀ ਹੋਰ ਆ ਪਰ ਲੋਕਾਂ ਨੂੰ ਅੱਜ ਕੱਲ੍ਹ ਨਾ ਪਚਾਕਾ ਜਿਹਾ ਦੇਣ ਲਈ ਤੇ ਨਾ ਜਾਂ ਬਦਲ ਕੇ ਤੇ ਬੰਦਾ ਅੱਛਾ ਇਹ ਚੀਜ਼ ਤੁਸੀਂ ਚਲੋ ਮੈਂ ਵੀ ਬੱਚਾ ਇਹੀ ਬਣਾਉਂਗਾ ਬਿਲਕੁਲ 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 ਇਹ ਤਾਂ ਹੈ ਜੀ ਕਿਉਂਕਿ ਅਸੀਂ ਬਾਹਰਲੀਆਂ ਚੀਜ਼ਾਂ ਜਿਹੀਆਂ ਦੇਖਦੇ ਆ ਨਾ ਪ੍ਰਭਾਵਿਤ ਜੇ ਕਰਨ ਵਾਲੀਆਂ ਅੰਗਰੇਜ਼ੀ ਦੇ ਸ਼ਬਦ ਬੰਦਾ ਬੋਲੇ ਤੇ ਉਹ ਪ੍ਰਭਾਵਿਤ ਹੋ ਜਾਂਦੇ ਆ ਪਰ ਜਿਹੜੀ ਆਪਦੀ ਭਾਸ਼ਾ ਵਾਲਾ ਸਵਾਦ ਹੈ ਆਪਦਾ ਆਨੰਦ ਹੈ ਉਹ ਕਿਤੇ ਨਹੀਂ ਅਸੀਂ ਬਾਹਰ ਅੰਦਰ ਜਾਂਦੇ ਆਪਣੀ ਪੰਜਾਬ ਤੋਂ ਬਾਹਰ ਜਾਈਦਾ ਕੋਸ਼ਿਸ਼ ਕਰੀਦੀ ਕਿ ਆਪਦੀ ਭਾਸ਼ਾ 'ਚ ਹੀ ਗੱਲ ਕਰੀਏ ਇਹ ਨਹੀਂ ਕਿ ਸਾਨੂੰ ਬਾਕੀ ਭਾਸ਼ਾ ਸਮਝ ਨਹੀਂ ਆਉਂਦੀ ਠੀਕ ਹੈ ਬੋਲਣੀ ਨਹੀਂ ਆਉਂਦੀ ਗੀ ਅੰਗਰੇਜ਼ੀ ਪਰ ਸਮਝ ਸਾਰੀ ਆਉਂਦੀ ਆ ਪਰ ਕੋਸ਼ਿਸ਼ ਇਹ ਕਰੀਦੀ ਆ ਕਿ ਭਾਈ ਅਸੀਂ ਆਪਦੀ ਭਾਸ਼ਾ 'ਚ ਹੀ ਗੱਲ ਕਰਨੀ ਪਸੰਦ ਕਰਦੇ ਆ ਤੁਸੀਂ ਕਈ ਵਾਰੀ ਸਰਕਾਰਾਂ ਦੇ ਉੱਤੇ ਵੀ ਤਵੇ ਲਾਉਨੇ ਆ ਕਟਾਕਸ਼ ਕਰਦੇ ਹੋ ਕਹਿਣ ਦਾ ਭਾਵ ਤਵੇ ਨੂੰ ਤੁਸੀਂ ਕਿਹੜਾ ਚੋਣ ਲੜਨੀ ਬਰਾਬਰ ਖੜ ਕੇ ਕਟਾਕਸ਼ ਕਰਦੇ ਹੋ ਕਦੇ ਮੁੱਖ ਮੰਤਰੀ ਤੇ ਕਦੇ ਸਾਬਕਾ ਮੁੱਖ ਮੰਤਰੀ ਤੇ ਕਦੇ ਪ੍ਰਧਾਨ ਮੰਤਰੀ ਤੇ ਕਦੇ ਕਿਸੇ ਅਧਿਕਾਰੀ ਦੇ ਉੱਤੇ ਕਦੇ ਕੋਈ ਪੇਚਾ ਜਾਂ ਨਹੀਂ ਪਿਆ ਵੀ ਅੱਛਾ ਫਿਰ ਪੌੜੇ ਪੜਦੇ ਕਦੇ ਉਵੇਂ ਨਹੀਂ ਪੇਚਾ ਪਿਆ ਜੀ ਪਰ ਇੱਕ ਪਾਰਟੀ ਵੱਲੋਂ ਪਿਛਲੀ ਸਰਕਾਰ 'ਚ ਕਿਸੇ ਮੰਤਰੀ ਦਫ਼ਤਰੋਂ ਫੋਨ ਹਾਂਜੀ ਕਿਸੇ ਮੰਤਰੀ ਦੇ ਦਫ਼ਤਰ 'ਚ ਫੋਨ ਜ਼ਰੂਰ ਆਇਆ ਸੀ ਵੀ ਭਾਈ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ
चार हफ्तिया च नशा खत्म करना सी, तुसी कर कर नौकरी देनी सी, 51 लाख परिवार सी उस समय, तुसी अपनी जानकारी च सांझे कीते। मैं कहा 51 लाख नूं जे तुसी नौकरी दे पाए हो हर परिवार नूं, जे तुसी नशा बंद कर पाए तो सानू हर्ज कोई नहीं, असी कह लांगे इन्हां ने कीता है ना। बहुत खूब। बस होर कोई फिर उन्हें क्या होना, रहन दो यार बंदे नहीं सही। आप भी होर देख दे हैं। आप फिल्मा दी गल कर रहे सी, किन्या फिल्मा च काम कीता? मैं जी मोड़ फिल्म च काम कीता, एमी विर्क ते अपने देव खरौड़ भाजी होना नाल, फिर असी इकट्ठियां एक वैब सीरीज च काम कीता वा, चेता सिंह फिल्म च असीं इकट्ठियां काम कीता वा, चमकीला दलजीत दोसांझ नाल ओह नेटफ्लिक्स ते आऊगी, ते होर की कीता आपां? मैं लवर कीती, लवर फिल्म कीती, मुकद्दर कीती, जट ब्रदर कीती, फिर कणकां दे ओले, फिर तीन वैब सीरीज कीतियां ओह ਸੋਹਣਾ ਗਾਇਆ। ਜੇ ਇਸ਼ਕ ਚ ਬੰਦਾ ਏਦਾਂ ਸੁੱਧ ਬੁੱਧ ਭੁੱਲ ਕੇ ਆਪਦੇ ਮਹਿਬੂਬ ਨੂੰ ਯਾਦ ਕਰਦਾ ਤੇ ਕੋਈ ਗਲਤ ਨੀ ਗਾ। ਬਾਈ ਜੀ ਇਹ ਕਰਦਿਆਂ ਨੇ ਵੀ ਦੇਖਣਾ। ਜਿੰਨੀ ਜਾਣਕਾਰੀ ਤੁਹਾਨੂੰ ਇਸ਼ਕ ਦੀ ਕੁੜੀ ਲੱਭਣ ਦੀ ਲੋੜ ਹੈ, ਤਾਂ ਹੀ ਕਿਹਾ ਵੀ ਇਹ ਤਾਂ ਭੈਣ ਉਹਨਾਂ ਨੇ ਵੀ ਪ੍ਰੋਗਰਾਮ ਵੇਖਣਾ ਤੇ ਕਰਦਿਆਂ ਨੇ ਵੀ ਦੇਖਣਾ, ਕੋਈ ਹੋਰ ਹੀ ਨਾ ਪੰਗਾ ਪੈ ਜਾਏ। ਨਹੀਂ ਜੀ ਇਸ ਗੱਲੋਂ ਤਾਂ ਅਸੀਂ ਅਲਾਓ ਕਰਦੇ ਹਾਂ, ਜੇ ਮੇਰੀ ਭੈਣ ਕਹੇ ਵੀ ਮੈਨੂੰ ਕੋਈ ਮੁੰਡਾ ਪਸੰਦ ਹੈ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਤੇ ਕੋਈ ਮਸਲਾ ਨਹੀਂ ਗਾ, ਕੋਈ ਸਾਡੀ ਕੋਈ ਅਣਖ ਤੇ ਉਹ ਨਹੀਂ ਲੱਗਦਾ ਗਾ, ਪਰ ਸਹਿਮਤੀ ਹੋਵੇ ਨਾ ਦੋਵਾਂ ਪਰਿਵਾਰਾਂ ਦੀ, ਇੱਕ ਦੂਜੇ ਨੂੰ ਸਮਝਦੇ ਹੋ, ਅੰਡਰਸਟੈਂਡ ਕਰਦੇ ਹੋ, ਇਹਦੇ ਨਾਲ ਕੋਈ ਹੱਲ ਨਹੀਂ। ਰੰਗ ਇੱਕ ਵਾਰੀ ਹੋਰ ਹੋ ਜੀ। ਜ਼ਰੂਰ ਜੀ ਜ਼ਰੂਰ ਜ਼ਰੂਰ। ਉਹ ਲਾਂਡੀਆ, ਹਾਂਜੀ, ਉਹ ਤੇਰੇ ਬਾਪੂ ਦੀ ਹਾਲ ਸੁਣਾ ਮੈਨੂੰ। ਲੈ ਬਾਪੂ ਦੀ ਕੀ, ਉਹ ਵਿਗਿਆਨੀ ਬੰਦੇ, ਅੱਛਾ, ਉਹਨਾਂ ਨੇ ਕਾਰਡ ਕੱਢ ਲਈ। ਕਾਰਡ ਕੱਢੀ ਕਾਦੀ? ਲੈ ਟਹਿਣਾ ਸਾਹਿਬ, ਲੋਕ ਕਹਿੰਦੇ ਆ ਕਿ ਪੀਣ ਵਾਲਾ ਪਾਣੀ ਆ ਜਿਹੜਾ ਮੁੱਕਦਾ ਜਾ ਰਿਹਾ, ਪੀਣ ਵਾਲਾ ਪਾਣੀ ਮੁੱਕਦਾ ਜਾਂਦਾ, ਪਰ ਸਾਡੇ ਦਾਦੇ ਪੁਰਖਿਆਂ ਨੇ ਕਾਰਡ ਕੱਢ ਲਈ ਵੀ ਪਾਣੀ ਬਚਾਉਣ ਦਾ ਅਸੀਂ ਤਰੀਕਾ ਦੇਵਾਂਗੇ। ਲਾਂਡਿਆ ਇੰਨੇ ਪੰਜਾਬੀ ਤੈਨੂੰ ਦੇਖੀ ਜਾਂਦੇ ਆ, ਉਹ ਇਹਨਾਂ ਨੂੰ ਵੀ ਦੱਸ ਪਾਣੀ ਬਚੂਗਾ ਕਿਵੇਂ? ਮੈਂ ਕਿਹਾ ਤਰੀਕਾ ਹੀ ਬੜਾ ਸੌਖਾ ਹੈ। ਸੌਖਾ ਕੀ ਆ? ਸਾਡੇ ਦਾਦੇ ਪੁਰਖਿਆਂ ਨੇ ਬਚਾਇਆ ਜੀ ਐਵੇਂ। ਕਿਵੇਂ ਬਚਾਇਆ ਜੀ? ਦਾਰੂ ਸੁੱਕੀ ਪੀ ਪੀ ਕੇ। ਲਾਂਡਤੀ ਨਾ ਹੋਵੇ, ਉਹ ਪਾਣੀ ਪਾਉਂਦੇ ਹੀ ਨਹੀਂ ਸੀ, ਬਸ ਕਰਿਆ ਕਰ। ਉਹਨਾਂ ਦਾ ਬਚਾਇਆ ਹੀ ਵਰਤ ਰਹੇ ਆ ਆਪਾਂ, ਲਾਂਡਤੀ ਨਾ ਹੋਵੇ, ਉਹਨਾਂ ਦਾ ਵੱਡਾ ਯੋਗਦਾਨ ਹੈ, ਬਸ ਕਰਿਆ ਕਰ। ਹੋਰ ਕੀ ਹੈ ਦੱਸ? ਲਾਂਡਤੀ ਨਾ ਹੋਵੇ, ਉਹ ਬੜੇ ਵਿਗਿਆਨੀ ਬੰਦੇ ਸੀ। ਅੱਛਾ, ਵਿਗਿਆਨੀ ਬੰਦੇ ਸੀ ਕਿਵੇਂ? ਅੱਖ ਦੇ ਪਾਰਖੂ ਸੀ। ਅੱਖ ਦੇ ਪਾਰਖੂ ਸੀ? ਇੰਨੇ ਪਾਰਖੂ ਟਹਿਣਾ ਸਾਹਿਬ, ਕਿਸੇ ਨੇ ਕੋਈ ਚੀਜ਼ ਵੇਚਣੀ ਹੈ, ਅੱਛਾ, ਚਾਹੇ ਕੋਈ ਚੀਜ਼ ਖਰੀਦਣੀ ਹੈ, ਅੱਛਾ, ਬਾਪੂ ਜੀ ਤੋਂ ਸਲਾਹ ਲੈਂਦੇ ਸੀ। ਬਾਪੂ ਦੀ ਸਲਾਹ ਵੀ ਸਿਆਣਾ ਬੰਦਾ ਹੈ। ਕਿਹੜਾ ਕਿਸੇ ਬੰਦੇ ਨੇ ਹਾਥੀ ਖਰੀਦਣਾ ਸੀ, ਅੱਛਾ, ਬਾਪੂ ਜੀ ਨੂੰ ਨਾਲ ਲੈ ਗਏ। ਬਾਪੂ ਜੀ ਨੂੰ ਨਾਲ ਲੈ ਕੇ ਵੀ ਸਿਆਣਾ ਬੰਦਾ ਹੈ ਬਾਪੂ ਜੀ। ਹਾਥੀ ਦੇ ਕਦੇ ਅੱਗੇ ਕਦੇ ਪਿੱਛੇ, ਕਦੇ ਅੱਗੇ ਕਦੇ ਪਿੱਛੇ ਪਰਖ ਕਰਦੇ ਹੋਣੇ। ਪਰਖ ਕਰਨੀ ਸੀ, ਪਾਰਖੂ ਬੰਦਾ ਹੈ। ਅੱਛਾ, ਫੇਰ ਬਈ ਉਹ ਵੇਚਣ ਵਾਲੇ ਬੰਦੇ ਨੂੰ ਸ਼ੱਕ ਹੋਇਆ, ਉਹਨੂੰ ਸ਼ੱਕ ਪੈ ਗਿਆ ਕਿਤੇ ਵੀ ਇਹ ਬੰਦਾ ਕੋਈ ਨੁਕਸ ਕੱਢੂਗਾ, ਨੁਕਸ ਕੱਢਦਾ ਕਿਤੇ ਹਾਥੀ ਵਿਕੇ ਨਾ, ਆ ਵਿਕੇ ਨਾ, ਤੇ ਉਹ ਮੇਰੇ ਬਾਪੂ ਨੂੰ ਪਾਸੇ ਜੇ ਲੈ ਗਿਆ। ਅੱਛਾ, 1000 ਰੁਪਇਆ ਪੜਦੇ ਨਾ ਫੜਾਤਾ, ਕਹਿੰਦਾ ਭਾਈ ਸਾਹਿਬ ਬੋਲਿਓ ਨਾ ਤੇ ਸੌਦਾ ਹੋ ਲੈਣ ਦਿਓ। ਸੌਦਾ ਹੋ ਲੈਣ ਦਿਓ, ਹਾਲਾ ਫੇਰ ਬਈ ਸੌਦਾ ਹੋ ਗਿਆ। ਅੱਛਾ, ਵੇਚਣ ਵਾਲਾ ਨੇ ਵੇਚ ਲਿਆ ਤੇ ਖਰੀਦਣ ਵਾਲਿਆਂ ਨੇ ਹਾਥੀ ਖਰੀਦ ਲਿਆ, ਹਾਲਾ ਫੇਰ ਬਈ ਉਹ ਬਾਅਦ ਚ ਬਾਪੂ ਨੂੰ ਪੁੱਛਿਆ ਵੇਚਣ ਵਾਲੇ ਨੇ। ਅੱਛਾ, ਕੀ ਪੁੱਛਿਆ? ਕਹਿੰਦਾ ਭਾਈ ਸਾਹਿਬ ਤੁਸੀਂ ਕੀ ਪਰਖ ਕਰਦੇ ਸੀ? ਬਾਪੂ ਗਿਆ ਦਾ, ਬਾਪੂ ਕਹਿੰਦਾ ਪਰਖ ਪੁਰਖ ਮੈਂ ਸਵਾਹ ਕਰਦਾ ਸੀ, ਮੈਂ ਤਾਂ ਇਹੀ ਵੇਖਦਾ ਸੀ ਇਹ ਜਾਨਵਰ ਕਿਹੋ ਜਿਹਾ, ਜਿਹਦੇ ਅੱਗੇ ਵੀ ਪੂਛ ਆ ਪਿੱਛੇ ਵੀ ਪੂਛ, ਕਰਦੀ ਨਾ ਹੋਵੇ ਇਹਨੂੰ ਤੁਸੀਂ ਖਵਾਉਣੇ ਕੀ? ਬਸ ਕਰਿਆ ਕਰ, ਇਹਨੂੰ ਗੁਰੂ ਉਹ ਰੱਖ ਦੇ ਕਿੱਥੇ? ਇਹਦਾ ਸਾਰੇ ਟੱਬਰ ਦੀਆਂ ਰੋਟੀਆਂ ਖਾ ਲੂ, ਕਰਿਆ ਕਰ, ਐਡਾ ਵੱਡਾ ਜਾਨਵਰ ਇਹ ਜੇ ਸਾਡੇ ਬਾਪੂ ਬਜ਼ੁਰਗ ਦੇ ਕਰਦੀ ਹੈ, ਉਹ ਤਾਂ ਹਾਈ ਕੋਰਟ 'ਚ ਵੀ ਲੱਗੇ ਰਹੇ। ਹਾਈ ਕੋਰਟ 'ਚ ਲੱਗੇ ਜੱਜ? ਨਾ ਨਾ, ਝਾੜੂ ਪੋਚਾ ਕਰ। ਅੱਛਾ, ਜੱਜ ਤੂੰ ਲੱਗੇ? ਮੈਂ ਵਕੀਲ ਲੱਗਿਆ। ਅੱਛਾ, ਤੂੰ ਵਕੀਲ ਲੱਗਿਆ? ਮੇਰੇ ਕੋਲੇ ਕੇਸ ਆਇਆ, ਤੇ ਵਕੀਲਾਂ ਕੋਲੇ ਲਾਣਤਿਆ ਕੇਸ ਹੀ ਆਉਂਦੇ ਆ। ਇੱਕ ਬੰਦਾ ਆ ਗਿਆ, ਅੱਛਾ, ਕਹਿੰਦਾ ਵਕੀਲ ਸਾਹਿਬ ਮੇਰੇ ਭਰਾ ਤੋਂ ਹੋਇਆ ਕਤਲ। ਅੱਛਾ, ਕਤਲ ਕੇਸ ਸੀ, ਇਹਦਾ ਕੇਸ ਲੜੋ, ਇਹਦਾ ਕੇਸ ਲੜੋ। ਮੈਂ ਉਹਦੇ ਕਾਗਜ਼ ਕੁਗਜ਼ ਦੇਖੇ ਤੇ ਮੈਂ ਉਹਨੂੰ ਫੀਸ ਦੱਸੀ। ਫੀਸ ਦੱਸੀ ਕਿੰਨੀ? ਮੈਂ 5000 ਦੱਸਤੀ। ਓਏ ਹੋਏ ਹੋਏ, ਇੰਨੇ ਰੁਪਈਏ? ਮੈਂ ਥੋੜੇ ਦੱਸ ਬੈਠਾ। ਥੋੜੇ ਦੱਸੇ? ਥੋੜੇ ਦੱਸਤੇ। ਅੱਛਾ, ਆ ਮੈਨੂੰ ਕਹਿੰਦਾ ਵੀ ਜਿਹੜੇ ਬੰਦੇ ਨੇ ਕਤਲ ਕੇਸ ਦਾ 5000 ਮੰਗਿਆ ਕਿਤੇ ਫਸਾ ਹੀ ਨਾ ਦੇਵੇ। ਹਾਂ ਹਾਂ, ਵੀ ਇੰਨੇ ਥੋੜੇ ਪੈਸੇ ਮੰਗੀ ਜਾਂਦਾ ਕਤਲ ਕੇਸ ਦੇ ਕਿਤੇ ਫਸਾ ਨਾ ਦੇਵੇ। ਉਹਨੇ ਵੱਡਾ ਵਕੀਲ ਕਰ ਲਿਆ 1,00,000 ਰੁਪਈਏ। ਅੱਛਾ, 1,00,000 ਰੁਪਏ ਚ ਗੱਲ ਹੋ ਗਈ ਆ, ਭਾਈ ਦਾ ਮਸਲਾ ਕਤਲ ਕੇਸ, ਪਰ ਉਹਦਾ ਮਨ ਉੱਥੇ ਵੀ ਨਹੀਂ ਖੜਿਆ। ਹਲਾ, ਉਹਨੇ ਕਿਹਾ ਵੀ ਜਿਹੜਾ
मां दे पुत ने बीड़ी गिटे ते लड़दी ना होवे दा तड़पदी फिरदी बस करया कर होर की सीधा बीड़ी तो याद आया तेरा बापू ठीक है हला लाड़ त्या बीड़ी तो मेरा बापू का तो याद है ओदी लत्तां बीड़ी आ गई बस करया कर वो ठीक ठाक रहंदा वधिया रहंदा हां तेरे अरगी सेहत सी ओदी लड़दी ना लड़ना सब होर सुन लो अपना आसार के कहंदी है कहंदी जी पिछले साल तुसी मेनू लोहे दा हेयर बैंड दित्ता सी आहा हा की देना हेयर की देना अपना आसार के कहंदा ऐतकी उच बिजली छड़नी है काम ही नबेड़ देना बस करया कर ठंड बड़ी पैंदी है चल मिल करा दे लड़दी ना होवे ता जवाक हो गया हां बच्चा होया जी बधाइयां हो गईयां बधाइयां हो जा आ नर्स ने जदों जवाक इहदे हत्थां च धरया कहंदी बधाइयां जी तुहाडे बच्चा होया हां बच्चा होया जी बहुत बहुत बधाइयां बच्चे ने सुसु करता हां बच्चे ने सुसु कीता बड़ा सवार के कहंदा की क्या कहंदा जी जवाक लीक है कोई होर पीस दियो लड़दी ना होवे डाक्टरी दवाइयां लगे कौन गए पायलट सेंटर आले बस करया कर इमीग्रेशन बस कर जा कनेडा दे वीजे आले फिटे ओही लै गए बस लड़तिया देख ला सारा मुल्क बाहर नु तुरया जांदा है आहा एहा जा केड़ा फर्क ही वड्डा फर्क लाण ते इन्हां नु भी दस ले सुन ले आहा ਟਹਿਣਾ ਸਾਹਿਬ ਆਪਾਂ ਇਧਰ ਖੱਬੇ ਹੱਥ ਤੁਰਦੇ ਆ ਅੱਛਾ ਬਾਹਰਲੇ ਮੁਲਕਾਂ ਹੀ ਸੱਜੇ ਤੁਰਦੇ ਅੱਛਾ ਉਹ ਸੱਜੇ ਤੁਰਦੇ ਹੀ ਬਾਹਰ ਜਾ ਕੇ ਆਏ ਤੁਹਾਨੂੰ ਪਤਾ ਹੀ ਆ ਆਹਾ ਆਪਾਂ ਪੱਖੇ ਦੀ ਸੋਚ ਥੱਲੇ ਨੂੰ ਛੱਡੀ ਦੀ ਹੈ ਉਹ ਸੱਚੀ ਗੱਲ ਉੱਤੇ ਨੂੰ ਛੱਡਦੇ ਆ ਇਹ ਵੀ ਫਰਕ ਹੈ ਉਹ ਤਾਂ ਨੂੰ ਛੱਡਦੇ ਆ ਉਹ ਆਪਣੇ ਇਧਰ ਬਹੁਤੇ ਮੋਬਾਈਲਾਂ ਤੇ ਲੱਗੇ ਹੋਏ ਆ ਉਧਰ ਅਗਲੇ ਕੰਮੀ ਧੰਦੀ ਜਾਂਦੇ ਆ ਲਾੜਦੇ ਆ ਤਾਂ ਫਰਕ ਇਹਨਾਂ ਨੂੰ ਪਤਾ ਕੋਈ ਵੱਡਾ ਫਰਕ ਦੱਸ ਨਾ ਵੱਡਾ ਫਰਕ ਸੁਣ ਲਓ ਆਹਾ ਟਹਿਣਾ ਸਾਹਿਬ ਵੱਡਾ ਫਰਕ ਹੈ ਤੁਸੀਂ ਵੀ ਇਹ ਨਤਾਰਾ ਕਰ ਦਿਓ ਜਾ ਕੇ ਆਏ ਆ ਤੁਸੀਂ ਆਹਾ ਉੱਥੇ ਕੋਈ ਚੋਰ ਚੱਕਾ ਡਾਕੂ ਫੜਿਆ ਜਾਵੇ ਅੱਛਾ ਉਹਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਆ ਆਪਣੇ ਇਧਰ ਮੰਤਰੀ ਬਣਾ ਦਿੰਦੇ ਲਾਣਤੀ ਨਾ ਹੋਵੇ ਤਾਂ ਸਿੱਧਾ ਹੀ ਪਾਰਲੀਮੈਂਟ ਬਸ ਕਰਿਆ ਗਿਆ 15 ਵੀ ਬੋਡੀਗਾਰਡ ਨਾਲ ਅਗਲੇ ਨੂੰ ਬੇਫਿਕਰਾ ਕਰ ਦਿੰਦੇ ਲਾਣਤੀ ਨਾ ਹੋਰ ਕੀ ਹੈ ਉਹ ਲਾਣਦੇ ਫਰਕ ਤਾਂ ਇਹਨਾਂ ਨੂੰ ਪਤਾ ਹੈ ਉਹ ਕੋਈ ਹੋਰ ਵੱਡਾ ਫਰਕ ਸੁਣ ਲੈ ਅੱਛਾ ਆਪਣੇ ਇਧਰ ਤੁਰਿਆ ਜਾਂਦਿਆਂ ਕੋਈ ਕੁੜੀ ਮੁੰਡੇ ਚ ਵੱਜ ਜੇ ਆਹੋ ਤਾਂ ਮੁੰਡੇ ਕੋਲੋਂ ਕੁੱਟ ਕੁੱਟ ਮਾਫੀ ਮੰਗਾਉਂਦੇ ਤੇ ਉਧਰ ਉਧਰ ਮੋਢਾ ਆਪ ਮਾਰੋ ਸੌਰੀ ਅਗਲੀ ਕਹਿੰਦੀ ਲਾਣਦੀ ਨਾ ਹੋਵੇ ਆਜ਼ਾਦ ਮੁਲਕ ਫਸ ਗਏ ਮੋਜਾਂ ਕਰਤੀਆਂ ਦੋਰ ਬਿਟੇ ਮੈਂ ਆਪ ਸੋਚਦਾ ਬਾਹਰ ਹੀ ਨਿਕਲ ਜਾ ਉਹ ਬਾਹਰ ਜਾਣਦਾ ਅੰਗਰੇਜ਼ੀ ਆਉਂਦੀ ਦੀ ਗੱਲ ਕਰਦਾ ਮੈਨੂੰ ਜਾਂਦੀ ਵੀ ਹੈ ਲਾਣਦੀ ਆ ਜਾਂਦੀ ਨਹੀਂ ਹੁੰਦੀ ਅੰਗਰੇਜ਼ੀ ਇਕੱਲੀ ਆਉਂਦੀ ਹੁੰਦੀ ਆ ਮੈਨੂੰ ਆਉਂਦੀ ਜਾਂਦੀ ਹੈ ਹਲੋ ਕਿਵੇਂ ਬਾਈ ਲਕੇਰਾ ਮੈਂ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰ ਲਿਆ ਲਾ ਦੱਸ ਮੈਨੂੰ ਕਹਿੰਦਾ ਕਾਕਾ ਖੜਾ ਹੋ ਜਾ ਉਹ ਖੜਾ ਹੋ ਜਾ ਵੱਧ ਬੋਲਦਾ ਕਹਿੰਦਾ ਜਿਹੜਾ ਬੰਦਾ ਬੋਲਦਾ ਹੈ ਜਿਹਨੂੰ ਕੰਨਾਂ ਤੋਂ ਸੁਣਦਾ ਕੱਖ ਨਹੀਂ ਅੰਗਰੇਜ਼ੀ 'ਚ ਕੀ ਕਹਿੰਦੇ ਉਹਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਤੂੰ ਕੀ ਕਹਿੰਦਾ ਜਿਹੜਾ ਹੈਗਾ ਹੀ ਬੋਲਾ ਉਹਨੂੰ ਜਿਹੜਾ ਕੋਈ ਮਰਜ਼ੀ ਕਹਿ ਲੋ ਲਾਣਤੀ ਨਾ ਹੋਵੇ ਹੁਣ ਤਾਂ ਸੁਣਦਾ ਹੀ ਨਹੀਂ ਬਸ ਕਰਿਆ ਕਰ ਨਾ ਉਹਨੇ ਕੋਈ ਗੁੱਸਾ ਕਰਨਾ ਦੋ ਬਿੱਟੇ ਮੂੰ ਆ ਇੰਨੀ ਅੰਗਰੇਜ਼ੀ ਆਉਂਦੀ ਆ ਲਾਣਤੀ ਆ ਉਹ ਬਾਹਰ ਜਾਣ ਵਾਸਤੇ ਅੰਗਰੇਜ਼ੀ ਦਾ ਟੈਸਟ ਦੇਣਾ ਪੈਂਦਾ ਲੈ ਲੈ ਟੈਸਟ ਉਹ ਟੈਸਟ ਲੈਣਾ ਜਿੱਥੇ ਉਹ ਕੈਮਰੇ ਵਾਲਾ ਬਾਈ ਖੜਾ ਹੈ ਅੱਛਾ ਆ ਉੱਥੇ ਆ ਉਹਦੇ ਮਗਰਲੇ ਪਾਸੇ ਗੋਰੀ ਖੜੀ ਆ ਮੇਮ ਅੱਛਾ ਉਹਨੂੰ ਤੂੰ ਅੰਗਰੇਜ਼ੀ 'ਚ ਆਪਦੇ ਕੋਲੇ ਸੱਦਣਾ ਹੈ ਆ ਜਾਊਗੀ ਜੇ ਅੰਗਰੇਜ਼ੀ 'ਚ ਸੱਦੇਗਾ ਤੇ ਆ ਜਾਊਗੀ ਤੇ ਫਿਰ ਇਹ ਸੌਖਾ ਕੰਮ ਹੈ ਕੀ ਕਹੇਗਾ ਮੈਂ ਅੰਗਰੇਜ਼ੀ 'ਚ ਕਹੂੰਗਾ ਕੰਮ ਹੇਰ ਵਾਹ ਬਈ ਵਾਹ ਵਾਹ ਬਈ ਵਾਹ ਉਹ ਹੁਣ ਉਸੇ ਗੋਰੀ ਮੇਮ ਨੂੰ ਤੂੰ ਕਹਿਣਾ ਵੀ ਪਰੇ ਚੱਲ ਲੈ ਟਹਿਣਾ ਸਾਹਿਬ ਇਹਦਾ ਦਿਮਾਗ ਹੈ ਲੱਗਿਆ ਲੱਗਦਾ ਆ ਉਹ ਮਸਾ ਕੋਲ ਆਈ ਮੈਂ ਗੱਬਰਾਂ ਵਿੱਚ ਲਾਣਤੀ ਨਾ ਹੋਵੇ ਤਾਂ ਤੇਰਾ ਟੈਸਟ ਚੱਲਦਾ ਅੱਛਾ ਟੈਸਟ ਹੈ ਆਹੋ ਫਿਰ ਇਹ ਉਦੋਂ ਸੌਖਾ ਕੰਮ ਹੈ ਉਦੋਂ ਸੌਖਾ ਕੀ ਆ ਫਿਰ ਮੈਂ ਪਰਲੇ ਪਾਸੇ ਜਾ ਕੇ ਕਿਹ ਤੂੰ ਕੰਮ ਹੇਰ ਲਾਣਤੀ ਨਾ ਹੋਵੇ ਤਾਂ ਮੈਨੂੰ ਆਉਂਦੀ ਹੈ ਨਹੀਂ ਕਸ ਕਰ ਜਾ ਐਦੂ ਵੱਧ ਸਿੱਖੀ ਨਹੀਂ ਦੋਰ ਫਿੱਟੇ ਉਹ ਲੈ ਅੰਗਰੇਜ਼ੀ ਤੋਂ ਯਾਦ ਆਇਆ ਅੰਗਰੇਜ਼ੀ ਤੋਂ ਕੀ ਯਾਦ ਆਇਆ ਜਦੋਂ ਆਪਣਾ ਦੇਸ਼ ਯਾਦ ਹੋਇਆ ਟਹਿਣਾ ਸਾਹਿਬ ਆਹੋ 1947 ਚ ਆ
अंग्रेज तो चले गए, अंग्रेज चले गए बाहर। मैनू एक गल समझ नहीं आई केड़ी, ए अंग्रेजना कादो चल जांदे क्या दो फटे ओ तो रह ही सकदे ना। सही गल आ, ओना ना तो साडा रौला ही कोई नहीं बस करया कर, साडा रौला तो ढलौजी नाल सी आंटी ना होवे जा माउंट बैटन नाल सी बस करया कर, ओना नाल ही सी सा हकदा। सही गल आ, होर की दस ला, जांदे जांदे दो चीजां छड्ड गए। केड़ियां केड़ियां? एक अंग्रेजी दूजी चाह छड्ड गए। सही गल आ, गर्मी जिनी मर्जी होवे चाह दी गर्मी पी नी बस करया कर। छणा साहब हुण चाह मंगा लियो। बिल्कुल बिल्कुल, धन्यवाद, बहुत चंगा लगा भाई जी, बहुत बढ़िया लगा, बड़ी कला नु सलाम है भाई जी, बहुत बहुत शुक्रिया। जो तुसीं कटाक्ष करदे हो जां जिहड़े तुहाडी कला दे नाल जुड़े होए सारी जिहड़े करदे बहुत बढ़िया, बहुत बहुत तुसीं जिंदाबाद रहो। समय दा पता नहीं लग्गिया टाणा साहब जी, किवें इतना समां 30-35 मिंट कदों निकल गए पता नहीं लग्गिया इस गल दा। यही तुहाडी प्राप्ति है, यही तुहाडी काबिलियत है, यही तरीका, इन्ना प्यार करदे हो कि सानू तुसी तीजी वार अपने शो दे विच बहुत बहुत चंगा लग्गिया गलबात करके। दोबारा जदों मौका मिलिया तां फिर आपां विचारां दी सांझ पावांगे। फिलहाल प्रोग्राम नूं इत्थे समेटदे हां जी, हो गया जाण दा वेला। अपनी प्रतिक्रिया जरूर साडे तक पहुंचाओ, सानूं सारिआं नूं दिओ इजाजत। सति श्री अकाल, तुसी वेखदे रहो प्राइम एशिया टीवी, तुहाडा अपना, तुहाडे लई। जज दा विचार।